ਦੀ ਸਾਂਝ ਪਾਉਣ ਦੇ ਵਾਸਤੇ ਔਰ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਅਨੈਲਿਸਿਸ ਕਰਨ ਦੇ ਵਾਸਤੇ ਜਤਿੰਦਰ ਪੰਨੂ ਸਾਹਿਬ ਦੇ ਨਾਲ ਸਾਂਝ ਪਾਉਣੇ ਆ ਤੇ ਸਾਂਝ ਪੈ ਗਈ ਹੈ ਪ੍ਰੋਗਰਾਮ ਦੇ ਸਪਾਂਸਰ ਸੱਜਣ ਨੇ ਕੁਲਦੀਪ ਸਿੰਘ ਬਾਠ ਅਡਿਆਨਾ ਇੰਡੀਅਨ ਐਪਲਸ ਤੋਂ ਉਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ ਪੰਨੂ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ ਜੀ ਸ਼ੁਕਰੀਆ ਸੁਖਨੈਬ ਜੀ ਸਤਿ ਸ੍ਰੀ ਅਕਾਲ ਬਹੁਤ ਮਿਹਰਬਾਨੀ ਪੰਨੂ ਸਾਹਿਬ ਜੋੜਨ ਦੇ ਵਾਸਤੇ ਤੇ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਗੱਲ ਕਰ ਲਈਏ ਜੀ ਕਿਉਂਕਿ ਭਾਰਤੀ ਨਿਊਜ਼ੀਲੈਂਡ ਵਾਲੇ ਪਾਸੇ ਵੀ ਵਾਹਵਾ ਇੰਟਰਸਟਡ ਹੁੰਦੇ ਆ ਉਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਖੱਤ ਦੇ ਵਿਰੁੱਧ ਮੁਜ਼ਾਹਰਾ ਕਿਉਂ ਹੋਇਆ ਜੀ ਦੇਖੋ ਉੱਥੇ ਪਿਛਲੇ ਸਮੇਂ ਤੋਂ ਕੁਝ ਸਮੱਸਿਆ ਆ ਰਹੀ ਹੈ ਪੀ ਆਰ ਵਗੈਰਾ ਦੇ ਵਿਚ ਵੀ ਕੁਝ ਉਨ੍ਹਾਂ ਨੇ ਤਬਦੀਲੀਆਂ ਕੀਤੀਆਂ ਜਿਹੜਾ ਨਵਾਂ ਇਮੀਗ੍ਰੇਸ਼ਨ ਮਿਨਿਸਟਰ ਆ ਉਹਦਾ ਵਿਹਾਰ ਕੁਝ ਪ੍ਰਵਾਸੀਆਂ ਦੇ ਖਿਲਾਫ਼ ਹੈ ਜਿਹੜੀਆਂ ਉਹਨੇ ਨਵੀਆਂ ਕੁਝ ਸ਼ਰਤਾਂ ਲਾਈਆਂ ਨੇ ਕੁਝ ਅਦਲਾ ਬਦਲੀ ਕੀਤੀ ਹੈ ਉਹਦੇ ਤੋਂ ਇਕੱਲੇ ਭਾਰਤੀ ਜਾਂ ਪੰਜਾਬੀ ਨੇ ਦੂਸਰਿਆਂ ਦੇਸ਼ਾਂ ਦੇ ਪ੍ਰਵਾਸੀ ਵੀ ਔਖੇ ਆ ਉਨ੍ਹਾਂ ਸਾਰਿਆਂ ਨੇ ਆਪੋ ਆਪਣੇ ਢੰਗ ਨਾਲ ਕਿਸੇ ਨੇ ਕੋਈ ਰਿਪ੍ਰੈਜੈਂਟੇਸ਼ਨ ਦਿੱਤੀ ਕਿਸੇ ਨੇ ਮੈਮੋਰੈਂਡਮ ਦਿੱਤਾ ਕਿਸੇ ਨੇ ਕੁਝ ਕੀਤਾ ਇਹਦੇ ਚ ਹੋਇਆ ਇਹ ਕਿ ਇਕ ਥਾਂ ਤੇ ਕੁਝ ਜ਼ਿਆਦਾ ਰੋਸ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਕਿਤੇ ਗਈ ਸੀ ਉਥੇ ਕੁਝ ਲੋਕਾਂ ਨੇ ਉਹ ਤਖ਼ਤੀਆਂ ਜਿਵੇਂ ਅੱਜ ਕੱਲ ਰਿਵਾਜ ਪੈ ਗਿਆ ਕਿ ਫੱਟੀਆਂ ਲੈ ਕੇ ਰੋਸ ਵਾਲੀਆਂ ਸਾਹਮਣੇ ਖਲੋ ਜਾਂਦੇ ਆ ਉਹਨੂੰ ਆਉਂਦੀ ਨੂੰ ਉਨ੍ਹਾਂ ਨੇ ਕਾਲੀਆਂ ਫੱਟੀਆਂ ਵਿਖਾਈਆਂ ਜਿਨ੍ਹਾਂ ਉੱਤੇ ਨਾਅਰੇ ਲਿਖੇ ਸੀ ਪ੍ਰੋਟੈਸਟ ਕੀਤਾ ਗਿਆ ਸੀ ਤੇ ਉਹਦੇ ਉੱਤੇ ਉਨ੍ਹਾਂ ਦੇ ਮਿਨਿਸਟਰੀ ਅੱਗੋਂ ਕਹਿਤਾ ਕਿ ਜੇ ਇਨ੍ਹਾਂ ਨੂੰ ਏਡਾ ਹੀ ਸਾਡੀਆਂ ਨੀਤੀਆਂ ਤੇ ਰੋਸ ਹੈ ਤੇ ਇੱਥੇ ਰਹਿੰਦੇ ਕਾਹਨੂੰ ਛੱਡ ਕੇ ਆਪਣੇ ਦੇਸ਼ ਭਾਰਤ ਚਲ ਜਾਣ ਇਸ ਟਿੱਪਣੀ ਦੇ ਨਾਲ ਜਿਹੜੇ ਉੱਥੇ ਭਾਰਤੀ ਪ੍ਰਵਾਸੀ ਆ ਉਨ੍ਹਾਂ ਦੇ ਮਨ ਚ ਰੋਸ ਹੋਰ ਵੱਧ ਗਿਆ ਉਨ੍ਹਾਂ ਨੇ ਕਾਫ਼ੀ ਜ਼ਿਆਦਾ ਇਹਦੇ ਉੱਤੇ ਪ੍ਰੋਟੈਸਟ ਕੀਤਾ ਆਪਣੇ ਢੰਗ ਨਾਲ ਉਹ ਕਰਦੇ ਪਏ ਅਸਲ ਗੱਲ ਤਾਂ ਇਹ ਆ ਕਿ ਤਕਰੀਬਨ ਸਾਰੇ ਜਿਹੜੇ ਵਿਕਸਿਤ ਦੇਸ਼ ਆ ਅੱਗੋਂ ਹੁਣ ਪਾਬੰਦੀਆਂ ਥੋੜੀਆਂ ਥੋੜੀਆਂ ਲਾਉਣੀਆਂ ਚਾਹੁੰਦੇ ਨੇ ਤੁਸੀਂ ਕੱਲ ਪੜਿਆ ਹੋਵੇਗਾ ਅਮਰੀਕਾ ਦੇ ਇੱਕ ਡਿਸਟ੍ਰਿਕਟ ਲੈਵਲ ਦੇ ਫੈਡਰਲ ਜੱਜ ਨੇ ਡੋਨਲਡ ਟਰੰਪ ਦਾ ਜਿਹੜਾ ਉਹਨਾਂ ਦੀ ਪਾਲਿਸੀ ਆ ਹੈਲਥ ਬੀਮੇ ਵਾਲੀ ਮੈਂ ਉਹਦੇ ਬਾਰੇ ਬਹੁਤਾ ਨਹੀਂ ਜਾਣਦਾ ਪਰ ਉਹਦੇ ਉੱਤੇ ਕੁਛ ਰੋਕਾਂ ਲਾ ਦਿੱਤੀਆਂ ਨੇ ਉਹ ਪਾਲਿਸੀ ਉਹਨੇ ਬਣਾਈ ਇਸ ਤਰ੍ਹਾਂ ਸਹੀ ਕਿ ਜਿੰਨਾ ਕਿਸੇ ਨੇ ਇੱਥੇ ਆਉਣਾ ਉਹ ਪਹਿਲਾਂ ਜਾਂ ਆਪਣਾ ਹੈਲਥ ਬੀਮਾ ਕਰਵਾ ਕੇ ਆਉਣ ਤੇ ਜਾਂ ਇਹ ਕਹਿਣ ਕਿ ਇੱਕ ਮਹੀਨਾ ਜਾਂ ਕੋਈ ਸਮਾਂ ਰੱਖਿਆ ਉਹਦੇ ਅੰਦਰ ਅੰਦਰ ਉਹ ਇਹ ਕਰਵਾ ਲੈਣਗੇ ਤੇ ਉਹਨਾਂ ਦੇ ਉੱਤੇ ਕੋਈ ਇੱਥੋਂ ਦਾ ਖਰਚਾ ਨਹੀਂ ਪਵੇਗਾ ਇਹ ਮਾਮਲਾ ਉੱਥੇ ਗਿਆ ਇਹਦੇ ਨਾਲ ਕਈਆਂ ਲੋਕਾਂ ਨੇ ਪ੍ਰੋਟੈਸਟ ਕੀਤਾ ਸੀਗਾ ਉੱਥੇ ਵੀ ਹੁਣ ਏਦਾਂ ਦੀਆਂ ਕੁਝ ਪਾਬੰਦੀਆਂ ਦੂਸਰੇ ਕਈ ਦੇਸ਼ਾਂ ਚ ਵੀ ਹੌਲੀ ਹੌਲੀ ਲਾਈਆਂ ਜਾ ਰਹੀਆਂ ਨੇ ਉਹ ਕਹਿੰਦੇ ਕਰੇਲੇ ਨੂੰ ਵੇਖ ਕੇ ਕਰੇਲਾ ਰੰਗ ਫੜਦਾ ਇੱਕ ਕਰੇਲਾ ਵੀ ਰੰਗ ਫੜਨ ਲੱਗ ਗਿਆ ਪਹਿਲਾਂ ਖਰਬੂਜੇ ਫੜਦੇ ਹੁੰਦੇ ਸੀ ਇਧਰ ਤਾਂ ਆਪਣੇ ਪਾਸੇ ਦਾ ਸੋਰੀ ਖਰਬੂਜਾ ਕਹਿਣਾ ਸੀ ਅੱਛਾ ਮੈਂ ਸੋਚਿਆ ਕਿ ਆਸਟ੍ਰੇਲੀਆ ਕਰਕੇ ਉੱਥੇ ਕੇਲਾ ਕਰੇਲਾ ਨਹੀਂ ਨਹੀਂ ਚਲੋ ਆਪਾਂ ਖਰਬੂਜਾ ਉਹਦੇ ਚ ਪਤਾ ਕੀ ਹੈ ਨਾਲੇ ਜਦੋਂ ਮੇਰੇ ਵਰਗਾ ਬੰਦਾ ਸੱਠਾਂ ਤੋਂ ਟੱਪ ਜੇ ਨਾ ਤੇ ਉਦੋਂ ਥੋੜਾ ਜਿਹਾ 19-21 ਦਾ ਇਹੋ ਜਿਹੀ ਗੱਲ ਦਾ ਜੇ ਹੋ ਵੀ ਜਾਵੇ ਤੇ ਉਹਨੂੰ ਅੱਖੋਂ ਪਰੋਕੇ ਕਰ ਦੇਈਦਾ ਨਹੀਂ ਬੰਦਾ ਮੇਰਾ ਮਤਲਬ ਤੁਹਾਡੀ ਗੱਲ ਕੱਟਣਾ ਨਹੀਂ ਸੀ ਮੇਰਾ ਤਾਂ ਆਪਣੇ ਨਾ ਜਾਣਕਾਰੀ ਚ ਵਾਧਾ ਕਰਨਾ ਸੀ ਕਿ ਹੋ ਸਕਦਾ ਨਿਊਜ਼ੀਲੈਂਡ ਵਾਲਿਆਂ ਵਾਸਤੇ ਆਪਣੀ ਜਾਣਕਾਰੀ ਚ ਵਾਧਾ ਨਹੀਂ ਕੀਤਾ ਮੇਰੇ ਵਾਧਾ ਕਰਤਾ ਉਹ ਇਹ ਕਿ ਜਦੋਂ ਥੱਕੇ ਟੁੱਟੇ ਹੋਈਏ ਨਾ ਥੋੜਾ ਸੋਚ ਕੇ ਬੋਲੀਦਾ ਮੈਂ ਅੱਜ ਸੁਲਤਾਨਪੁਰ ਲੋਧੀ ਸਾਹਿਬ ਗਿਆ ਹਾਂ ਤੇ ਉਥੋਂ ਆਇਆ ਕਾਫੀ ਕੁਛ ਵੇਖ ਕੇ ਤੇ ਉਹ ਆਉਂਦੇ ਸਾਰ ਹੀ ਅਜੇ ਬੱਚਾ ਦਾ ਇੱਕ ਕੱਪ ਪੀ ਕੇ ਤੁਹਾਡੇ ਨਾਲ ਲੱਗ ਪਿਆ ਤੇ ਉਹ ਜਦੋਂ ਇਸ ਤਰ੍ਹਾਂ ਥੋੜਾ ਜਿਹਾ ਉਹ ਮਾਹੌਲ ਇਸ ਤਰ੍ਹਾਂ ਹੋਇਆ ਨਾ ਵੀ ਹੱਥ ਕਾਰ ਵੱਲ ਦਿਲ ਯਾਰ ਵੱਲ ਉਦੋਂ ਕੋਈ ਨਾ ਕੋਈ ਏਦਾਂ ਦੀ 19-21 ਹੋ ਜਾਂਦੀ ਹੈ ਕਹਿਣ ਤੋਂ ਮੇਰਾ ਭਾਵ ਇਹ ਸੀ ਕਿ ਵਿਕਸਿਤ ਦੇਸ਼ਾਂ ਚੋਂ ਕਈਆਂ ਨੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਣੀਆਂ ਸ਼ੁਰੂ ਕਰਤੀਆਂ ਤੇ ਕੁਝ ਵਿਕਸਿਤ ਦੇਸ਼ਾਂ ਦੇ ਸੀ ਆਪਣੇ ਹਾਲਾਤ ਖਰਾਬ ਹੁੰਦੇ ਪਏ ਹੁਣ ਹਾਂਗਕਾਂਗ ਆ ਕਿੰਨਾ ਵਧੀਆ ਮੁਲਕ ਸੀ ਕਿੰਨਾ ਵਿਕਸਿਤ ਸੀ ਉੱਥੇ ਜਿਹੜੀ ਸਥਿਤੀ ਇਸ ਵੇਲੇ ਬਣਦੀ ਪਈ ਸਾਨੂੰ ਪਤਾ ਹੀ ਹੈ ਸੋ ਜੋ ਵੀ ਆ ਇਹਦੇ ਚ ਅਸੀਂ ਇਹ ਸਮਝੀਏ ਕਿ ਉੱਥੇ ਨਿਊਜ਼ੀਲੈਂਡ ਵਾਲੇ ਸਾਡੇ ਜਿਹੜੇ ਪ੍ਰਵਾਸੀ ਪੰਜਾਬੀ ਲੋਕ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਅਗਲਿਆਂ ਦਿਨਾਂ ਚ ਕੁਛ ਵੱਧ ਸਕਦੀਆਂ ਨੇ ਜੀ ਪੰਨੂ ਸਾਹਿਬ ਭਾਰਤ ਦੇ ਵਿਚ ਕੇਂਦਰੀ ਸ਼ਾਸਿਤ ਪ੍ਰਦੇਸ਼ ਵੱਧ ਗਏ ਨੇ ਤੇ ਹੁਣ ਰੌਲਾ ਰੱਪਾ ਉਸ ਤੋਂ ਅੱਗੇ ਵੱਧ ਗਿਆ ਜੰਮੂ ਕਸ਼ਮੀਰ ਤੇ ਲਦਾਖ ਅੱਡੋ ਅੱਡ ਕਰ ਦਿੱਤੇ ਗਏ ਨੇ ਤੇ ਜਿਹੜਾ ਨਵਾਂ ਨਕਸ਼ਾ ਬਣਾਇਆ ਇਸ ਤੋਂ ਪਾਕਿਸਤਾਨ ਵੀ ਔਖਾ ਬਹੁਤ ਹੈ ਦੇਖੋ ਜਿਹੜਾ ਨਵਾਂ ਨਕਸ਼ਾ ਬਣਾਇਆ ਉਹਦੇ ਚ ਜੰਮੂ ਕਸ਼ਮੀਰ ਇੱਕ ਪਾਸੇ ਪਾਇਆ ਜੀ ਤੇ ਜਿਹੜਾ ਲਦਾਖ ਹੈ ਉਹ ਇੱਕ ਪਾਸੇ ਪਾ ਦਿੱਤਾ ਇਹਦੇ ਚ ਪਤਾ ਨੀ ਪਾਕਿਸਤਾਨ ਵਾਲੇ ਕਾਹਤੋਂ ਨਾਰਾਜ਼ ਹੋ ਗਏ ਤੇ ਚੀਨ ਵਾਲੇ ਕਾਹਤੋਂ ਨਾਰਾਜ਼ ਹੋ ਗਏ ਇਹ ਨਕਸ਼ਾ ਤਾਂ ਪਹਿਲਾਂ ਵੀ ਏਦਾਂ ਹੀ ਸੀ ਪਹਿਲਾਂ ਸਾਂਝਾ ਜੰਮੂ ਕਸ਼ਮੀਰ ਸੀ ਤੁਹਾਨੂੰ ਪਤਾ ਭਾਰਤ ਦਾ ਚੋਣ ਕਮਿਸ਼ਨ ਜੰਮੂ ਕਸ਼ਮੀਰ ਸਟੇਟ ਦੇ ਵਿਚ ਜਦੋਂ ਚੋਣਾਂ ਕਰਾਉਂਦਾ ਤੇ 87 ਸੀਟਾਂ ਲਈ ਕਰਾਉਂਦਾ ਸੀ ਪਰ ਜਿਹੜਾ ਉਹਦਾ ਕਾਗਜ਼ਾਂ ਦੇ ਵਿਚ ਰਿਕਾਰਡ ਹੈ ਉਹ ਇਹ ਸੀ ਕਿ ਜੰਮੂ ਕਸ਼ਮੀਰ ਦੀਆਂ 111 ਸੀਟਾਂ ਨੇ
ਬਾਕੀ ਦੀਆਂ ਜਿਹੜੀਆਂ 24 ਸੀਟਾਂ ਉਹ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਿਚ ਆ। ਉਹ ਸੀਟਾਂ ਬਕਾਇਦਾ ਡਿਕਲੇਅਰ ਕੀਤੀਆਂ ਜਾਂਦੀਆਂ ਸੀ ਕਿ ਫਲਾਨੀਆਂ ਫਲਾਨੀਆਂ ਨੇ ਪਾਕਿਸਤਾਨ ਦੇ ਕਬਜ਼ੇ ਚ ਹੋਣ ਕਰਕੇ ਹਾਲ ਦੀ ਘੜੀ ਉਥੇ ਚੋਣ ਨਹੀਂ ਹੋ ਸਕਦੀ। ਜੇ ਪਹਿਲਾਂ ਇਹ ਡਿਕਲੇਅਰ ਕਰਦੇ ਰਿਹਾ ਸੀ ਉਹੋ ਇਲਾਕਾ, ਉਹਦੇ ਵਿਚੋਂ ਕੁਛ ਏਰੀਆ ਲਦਾਖ ਵਿਚ ਚਲਾ ਗਿਆ ਤੇ ਕੁਛ ਇਧਰ ਕਸ਼ਮੀਰ ਵਿਚ ਆ ਗਿਆ, ਜੰਮੂ ਕਸ਼ਮੀਰ ਚ। ਫਰਕ ਤਾਂ ਕਿ ਪਿਆ ਨੀ, ਦਾਦੀ ਮੋਈ ਪੋਤੀ ਹੋਏ ਟੱਬਰ ਓਡੇ ਦਾ ਓਡਾ, ਪੋਤੀ ਕਿਉਂ ਹੁਣ ਪੋਤੀ ਪੋਤਾ ਦੋ ਹੋ ਗਏ, ਇਕ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣ ਗਈ ਜਿੱਥੇ ਅਸੈਂਬਲੀ ਹੋਊਗੀ, ਦੂਸਰਾ ਲਦਾਖ ਯੂਨੀਅਨ ਟੈਰੀਟਰੀ ਬਣ ਗਈ ਜਿੱਥੇ ਅਸੈਂਬਲੀ ਨਹੀਂ ਹੋਊਗੀ ਸਿਰਫ ਕੌਂਸਲ ਹੋਵੇਗੀ। ਜਿਹੜੀ ਕਾਰਗਿਲ ਦੇ ਵਿਚ ਦੋਵਾਂ ਦੇਸ਼ਾਂ ਨੇ ਆਪੋ ਚ ਜੰਗ ਲੜੀ ਸੀ ਉਹ ਕਾਰਗਿਲ ਦੀ ਚੋਟੀ ਵੀ ਲਦਾਖ ਵਿਚ ਪਾ ਦਿੱਤੀ ਗਈ ਹੈ। ਚੀਨ ਵਾਲਿਆਂ ਦਾ ਕੁਝ ਹਿੱਸਾ, ਪਿਛਲੇ ਸਮੇਂ ਚ ਚੀਨ ਨਾਲ ਸਾਡਾ ਬਾਰਡਰ ਦਾ ਡਿਸਪਿਊਟ ਚੱਲਦਾ, ਅਸੀਂ ਕਹਿੰਦੇ ਹਾਂ ਕਿ ਸਾਡਾ ਕੁਝ ਹਿੱਸਾ ਚੀਨ ਵਿਚ ਹੈ ਤੇ ਅਸੀਂ ਉਸ ਹਿੱਸੇ ਨੂੰ ਆਪਣੇ ਨਕਸ਼ੇ ਚ ਵਿਖਾਉਂਦੇ ਵੀ, ਉਹ ਕੁਝ ਹਿੱਸਾ ਸਾਡੇ ਵੱਲ ਵਿਖਾਉਂਦੇ ਆ। ਉਹ ਕਹਿੰਦੇ ਜੀ ਸਾਡਾ ਹਿੱਸਾ ਤੁਹਾਡੇ ਵੱਲ ਰਹਿ ਗਿਆ, ਅਸੀਂ ਉਧਰ ਵਿਖਾਈ ਗਏ ਉਹ ਸਾਡੇ ਵੱਲ ਵਿਖਾਈ ਜਾਣ। ਕਦੇ ਕਦੇ ਪ੍ਰੋਬਲਮ ਆਉਂਦੀ ਹੈ ਕਿ ਕੋਈ ਇੰਟਰਨੈਸ਼ਨਲ ਏਜੰਸੀ ਨਕਸ਼ਾ ਛਾਪਣ ਲੱਗਦੀ ਹੈ ਤੇ ਉਹ ਚੁੱਕ ਕੇ ਪਾਕਿਸਤਾਨ ਵਾਲਾ ਛਾਪ ਦਿੰਦੇ ਆ ਤੇ ਭਾਰਤ ਇਤਰਾਜ ਕਰਦਾ ਤੇ ਉਹ ਨਕਸ਼ਾ ਵਾਪਸ ਲੈ ਲੈਂਦੇ ਆ, ਫਿਰ ਉਹ ਭਾਰਤ ਵਾਲਾ ਛਾਪ ਦਿੰਦੇ ਆ ਤੇ ਪਾਕਿਸਤਾਨ ਇਤਰਾਜ ਕਰਦਾ ਉਹ ਨਕਸ਼ਾ ਵਾਪਸ ਲੈ ਲੈਂਦੇ ਆ। ਹੁਣ ਇਹ ਜਿੰਨੀਆਂ ਇੰਟਰਨੈਸ਼ਨਲ ਏਜੰਸੀਆਂ ਇਹਨਾਂ ਨੇ ਨਕਸ਼ੇ ਹੀ ਦੋ ਦੋ ਤਿੰਨ ਤਿੰਨ ਰੱਖੇ ਆ। ਇੱਕ ਨਕਸ਼ਾ ਉਹ ਹੈ ਜਿਹੜਾ ਇੰਟਰਨੈਟ ਤੇ ਜਦੋਂ ਖੋਲੋ, ਜੇ ਤੁਸੀਂ ਭਾਰਤ ਦੇ ਕਿਸੇ ਵੀ ਕਿਸਮ ਦੇ ਇੰਟਰਨੈਟ ਸਿਸਟਮ ਤੋਂ ਖੋਲਦੇ ਆ ਤੇ ਉਹ ਖੁੱਲਦੇ ਸਾਰ ਉਹ ਨਕਸ਼ਾ ਖੁੱਲੇਗਾ ਜਿਹੜਾ ਭਾਰਤ ਸਰਕਾਰ ਨੂੰ ਪ੍ਰਵਾਨ ਹੈ ਤੇ ਜਿਹਦੇ ਚ ਇਹਦਰ ਲਿਖਿਆ ਜਾਂਦਾ ਕਿ ਸਾਡਾ ਕੁਝ ਹਿੱਸਾ ਪਾਕਿਸਤਾਨ ਦੇ ਕਬਜ਼ੇ ਚ ਹੈ ਕੋਈ ਚੀਨ ਦੇ। ਜੇ ਉਹੋ ਹੀ ਨਕਸ਼ਾ ਜਿਹੜਾ ਉਹ ਪਾਕਿਸਤਾਨ ਦੇ ਕਿਸੇ ਇੰਟਰਨੈਟ ਲਾਈਨ ਤੋਂ ਕਿਸੇ ਵਾਈਫਾਈ ਤੋਂ ਖੋਲਿਆ ਜਾਵੇ ਤੇ ਉਥੇ ਦੂਜਾ ਨਕਸ਼ਾ ਖੁੱਲੇਗਾ ਜਿਹਦੇ ਚ ਪਾਕਿਸਤਾਨ ਦਾ ਕਸ਼ਮੀਰ ਵਿਖਾਇਆ ਜਾਵੇਗਾ ਤੇ ਨਾਲ ਜਿਹੜਾ ਜੰਮੂ ਕਸ਼ਮੀਰ ਸਾਡੇ ਕੋਲ ਹੈ ਇਹਦਾ ਕੁਝ ਹਿੱਸਾ ਪਾਕਿਸਤਾਨ ਚ ਵਿਖਾਇਆ ਜਾਵੇਗਾ, ਨਾਲ ਲਿਖਿਆ ਜਾਵੇਗਾ ਕਿ ਭਾਰਤ ਦੇ ਕਬਜ਼ੇ ਚ। ਇੱਕ ਨਕਸ਼ਾ ਉਹ ਵੱਖਰਾ ਰੱਖਦੇ ਆ ਜਿਹੜਾ ਦੁਨੀਆਂ ਭਰ ਦੇ ਵਿਚ ਵਿਖਾਈ ਜਾਂਦੇ ਆ, ਉਹਦੇ ਚ ਕੁਝ ਹਿੱਸਾ ਪਾਕਿਸਤਾਨ ਕੋਲ ਕੁਝ ਭਾਰਤ ਕੋਲ ਤੇ ਬਾਕੀ ਨੂੰ ਡਿਸਪਿਊਟਡ ਟੈਰੀਟਰੀ ਲਿਖ ਦਿੰਦੇ ਆ। ਹੁਣ ਇਹ ਪਹਿਲਾਂ ਤੋਂ ਵੀ ਇਸੇ ਤਰ੍ਹਾਂ ਚੱਲਦਾ ਆਇਆ, ਜਾਂ ਤਾਂ ਪਹਿਲਾਂ ਪਾਕਿਸਤਾਨ ਦੇ ਵਿਚ ਤੇ ਸਾਡੇ ਚ ਸਹਿਮਤੀ ਹੋਵੇ ਕਿ ਆ ਨਕਸ਼ਾ ਉਹ ਹੈ ਨੀ, ਕੰਟਰੋਲ ਰੇਖਾ ਹੀ ਹੈ, ਕੰਟਰੋਲ ਰੇਖਾ ਤੋਂ ਪਾਰਲਾ ਇਲਾਕਾ ਜਿਹੜਾ ਉਹਨੂੰ ਅਸੀਂ ਭਾਰਤ ਵਾਲੇ ਕਹਿੰਦੇ ਹਾਂ ਕਿ ਸਾਡਾ ਉਧਰ ਨਜਾਇਜ਼ ਕਬਜ਼ੇ ਚ, ਉਹ ਕਹਿੰਦੇ ਇਹਨਾਂ ਕੋਲ ਜਿਹੜਾ ਉਹ ਨਜਾਇਜ਼ ਕਬਜ਼ੇ ਚ। ਸੋ ਅੱਗੇ ਵੀ ਏਦਾਂ ਦੇ ਰੋਸ ਹੁੰਦੇ ਰਹੇ, ਹੁਣ ਵੀ ਹੈ। ਜੇ ਪਾਕਿਸਤਾਨ ਵਾਲਿਆਂ ਨੇ ਹੁਣ ਇੱਥੇ ਕੋਈ ਰੋਸ ਕੀਤਾ ਨਾ ਤੇ ਕਰੀ ਜਾਣ ਦਿਓ, ਇਸ ਰੋਸ ਦੇ ਨਾਲ ਭਾਰਤ ਦਾ ਕੋਈ ਨੁਕਸਾਨ ਨਹੀਂ ਹੋ ਜਾਣਾ ਤੇ ਜੇ ਭਾਰਤ ਵਾਲੇ ਕੱਲ ਨੂੰ ਕਿਹੋ ਜਿਹਾ ਪ੍ਰੋਟੈਸਟ ਕਰਨਗੇ, ਸਾਡੀ ਅਰੁਣਾਚਲ ਸਟੇਟ ਨੂੰ ਅਜੇ ਤੱਕ ਚੀਨ ਆਪਣੀ ਮੰਨਦਾ ਜੀ, ਉਹ ਉੱਥੇ ਅਰੁਣਾਚਲ ਪ੍ਰਦੇਸ਼ ਦੇ ਵਿਚ ਖਾਸ ਤੌਰ ਤੇ ਜਿਹੜਾ ਤਮਾਂਗ ਜ਼ਿਲ੍ਹਾ ਹੁਣ ਤੋਂ ਬਿਲਕੁਲ ਕਹਿੰਦੇ ਜੀ ਹੈ ਹੀ ਸਾਡਾ ਜੀ। ਤੇ ਏਦਾਂ ਦੀਆਂ ਕਈਆਂ ਥਾਵਾਂ ਦੇ ਉੱਤੇ ਸਥਿਤੀਆਂ ਹੈਗੀਆਂ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਦੀ ਇੱਕ ਰਾਏ ਆ, ਸਾਡੀ ਇੱਕ ਰਾਏ ਆ, ਦੋਵੇਂ ਦੇਸ਼ ਦੋਵੇਂ ਕਿ ਤਿੰਨੇ ਆਪੋ ਆਪਣੀ ਰਾਏ ਜਿਹੜੀ ਉਹ ਦਿੰਦੇ ਰਹਿੰਦੇ ਆ, ਇਹਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ। ਪਾਕਿਸਤਾਨ ਨੇ ਪ੍ਰੋਟੈਸਟ ਕੀਤਾ, ਕਰੀ ਜਾਣ ਦਿਓ ਪ੍ਰੋਟੈਸਟ ਦੀਆਂ, ਕੁਝ ਮਿਰਚਾਂ ਉਹਨੂੰ ਲੜੀਆਂ ਹੋਣਗੀਆਂ, ਕੁਝ ਚੀਨ ਵਾਲਿਆਂ ਨੂੰ ਵੀ ਲੜੀਆਂ ਹੋਣਗੀਆਂ, ਤੇ ਜੇ ਉਹਨਾਂ ਨੂੰ ਆ ਤੇ ਜਦੋਂ ਉਹਨਾਂ ਪ੍ਰੋਟੈਸਟ ਕੀਤਾ ਕੁਝ ਸਾਡਿਆਂ ਨੂੰ ਵੀ ਲੜੀਆਂ ਹੋ ਸਕਦੀਆਂ, ਚੱਲੀ ਜਾਣ ਦਿਓ ਉਦਾਂ ਕੰਮ ਚੱਲਦਾ। ਪੰਜ ਸਾਹਿਬ ਵਟਸਐਪ ਜਸੂਸੀ ਵਾਲਾ ਮਾਮਲਾ ਜੀ, ਇਹ ਕੀ ਹੈ, ਕੁਛ ਹੁਣ ਆਏ ਤੱਥ ਹੋਰ ਸਾਹਮਣੇ? ਦੇਖੋ ਕੁਛ ਕੁਛ ਗੱਲਾਂ ਨਿਕਲਦੀਆਂ ਨੇ ਸਾਹਮਣੇ ਜੀ, ਉਹ ਇਹ ਕਿ ਵਟਸਐਪ ਨੇ ਬੜਾ ਚਿਰ ਤੱਕ ਇਸ ਗੱਲ ਦੀ ਖੋਜ ਕੀਤੀ ਕਿ ਇਸਰਾਇਲ ਦੀ ਇੱਕ ਐਨ ਜੀ ਓ ਆ, ਉਨ੍ਹਾਂ ਦਾ ਇੱਕ ਪੈਗਸਸ ਮਾਲਵੇਅਰ ਹੈ ਜਿਹੜਾ ਉਹ ਅੱਡ ਅੱਡ ਕੰਪਿਊਟਰਾਂ ਵਿਚ ਵੀ ਸੁੱਟਦੇ ਆ, ਖਾਸ ਤੌਰ ਦੇ ਉੱਤੇ ਜਦੋਂ ਉਨ੍ਹਾਂ ਨੇ ਵਟਸਐਪ ਤੇ ਸੁੱਟਿਆ। ਅਜੇ ਤੱਕ ਸਮਝਿਆ ਜਾਂਦਾ ਸੀ ਕਿ ਵਟਸਐਪ ਇਹੋ ਜਿਹਾ ਸਿਸਟਮ ਹੈ ਜਿਹਦੇ ਚ ਅਸੀਂ ਆਪੋ ਵਿਚ ਗੱਲ ਕਰਦੇ ਆ ਤੇ ਇਹਨੂੰ ਕੋਈ ਪਾਸੇ ਤੋਂ ਸੰਨ ਨਹੀਂ ਲਾ ਸਕਦਾ, ਅਸੀਂ ਆਪੋ ਵਿਚ ਗੱਲ ਕਰਦੇ ਆ ਤੇ ਕੋਈ ਇਹਦੀ ਰਿਕਾਰਡਿੰਗ ਨਹੀਂ ਕਰ ਸਕਦਾ, ਮੈਂ ਵੀ ਨਹੀਂ ਕਰ ਸਕਦਾ, ਤੁਸੀਂ ਵੀ ਨਹੀਂ ਕਰ ਸਕਦੇ, ਸਮਝਿਆ ਜਾਂਦਾ ਸੀ। ਹੁਣ ਜਦੋਂ ਪਤਾ ਲੱਗਾ ਕਿ ਇਹਦੇ ਵਿਚੋਂ ਵੀ ਸੰਨ ਲੱਗਣ ਲੱਗ ਪਈ ਹੈ, ਤੇ ਫਿਰ ਵਟਸਐਪ ਵਾਲਿਆਂ ਨੇ ਇਸ ਤਰ੍ਹਾਂ ਕੀਤਾ ਕਿ ਜਿਨ੍ਹਾਂ ਜਿਨ੍ਹਾਂ ਦੇ ਬਾਰੇ ਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਦੇ ਸਿਸਟਮ ਚ ਸੰਨ ਲੱਗ ਰਹੀ ਹੈ, ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਨੇ ਇੱਕ ਮੈਸੇਜ ਭੇਜ ਦਿੱਤਾ, ਭਾਈ ਤੁਸੀਂ ਆਪਣਾ ਵਿਚਾਰ ਰੱਖੋ, ਤੁਹਾਡੇ ਇਸ ਤਰ੍ਹਾਂ ਦੀ ਹਰਕਤ ਹੋ ਸਕਦੀ ਹੈ, ਕਿਉਂਕਿ ਉਦੋਂ ਤੱਕ ਸਾਬਤ ਨਹੀਂ ਸੀ ਹੁੰਦਾ, ਇਸ ਕਰਕੇ ਉਨ੍ਹਾਂ ਨੇ ਹੋ ਸਕਦੀ ਲਿਖਿਆ, ਤੇ ਬਹੁਤੇ ਲੋਕਾਂ ਨੂੰ ਇਹਨੂੰ ਇੱਕ ਆਮ ਚੇਤਾਵਨੀ ਸਮਝਿਆ ਤੇ ਸਮਝ ਕੇ ਡਿਲੀਟ ਕਰਤਾ, ਗੱਲ ਖਤਮ ਹੋ ਗਈ, ਚਲਦੀ ਰਹੀ। ਹੁਣ ਜਦੋਂ ਪਿਛਲੇ ਹਫ਼ਤੇ ਚ ਇੱਕ ਦਿਨ ਅਚਾਨਕ ਵਟਸਐਪ ਨੇ ਉਸ ਇਜ਼ਰਾਈਲੀ ਕੰਪਨੀ ਦੇ ਖਿਲਾਫ਼ ਅਦਾਲਤੀ ਕੇਸ ਕਰਤਾ,
ਔਰ ਇਹ ਕਿਹਾ ਕਿ ਇਸ ਕੰਪਨੀ ਨੇ ਇਹੋ ਜਿਹਾ ਸਿਸਟਮ ਬਣਾਇਆ ਤੇ ਬਣਾ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਵੇਚਿਆ ਜਿਹੜਾ ਸਿਸਟਮ ਇਹੋ ਜਿਹੇ ਕੰਮਾਂ ਵਾਸਤੇ ਵਰਤਿਆ ਜਾ ਸਕਦਾ। ਉਤੋਂ ਰੌਲਾ ਪੈ ਗਿਆ। ਉਸ ਕੰਪਨੀ ਨੇ ਆਖਿਆ ਜੀ ਅਸੀਂ ਸਿਸਟਮ ਬਣਾਇਆ ਪਰ ਇਹੋ ਜਿਹਾ ਨੀ ਗਾ, ਅਸੀਂ ਵਟਸਐਪ ਨਾਲ ਕੁਝ ਕੀਤਾ ਕਿ ਨਹੀਂ ਕੀਤਾ, ਸਾਡਾ ਆਪਣਾ ਸੀਕ੍ਰੇਟ ਹੈ। ਅਸੀਂ ਦੁਨੀਆਂ ਦੀਆਂ ਕੰਪਨੀਆਂ ਨੂੰ ਇਸ ਵਾਸਤੇ ਤਾਂ ਨੀ ਦਿੰਦੇ ਪਏ ਕਿ ਜਸੂਸੀ ਕਰਨ। ਅਸੀਂ ਕਿਸੇ ਅੱਤਵਾਦੀ ਆਰਗੇਨਾਈਜੇਸ਼ਨ ਨੂੰ, ਕਿਸੇ ਗੈਰ ਕਾਨੂੰਨੀ ਆਰਗੇਨਾਈਜੇਸ਼ਨ ਨੂੰ ਦਿੱਤਾ ਹੀ ਨਹੀਂ। ਅਸੀਂ ਜਿੱਥੇ ਜਿੱਥੇ ਦਿੱਤਾ ਉਹ ਸਾਰੀਆਂ ਇਲੈਕਟਿਡ ਕਾਨਸਟੀਟਿਊਸ਼ਨਲ ਗੌਰਮੈਂਟਸ ਨੇ ਤੇ ਉਹਨਾਂ ਗੌਰਮੈਂਟਸ ਦੀਆਂ ਏਜੰਸੀਆਂ ਨੂੰ ਦਿੱਤਾ। ਉਹ ਕਹਿੰਦੇ ਅਸੀਂ ਅੱਤਵਾਦ ਤੋਂ ਤੰਗ ਹੈ ਤੇ ਅੱਤਵਾਦ ਨਾਲ ਟੈਕਲ ਕਰਨ ਵਾਸਤੇ ਉਹਨਾਂ ਨੂੰ ਇਹ ਸਮਾਨ ਚਾਹੀਦਾ ਸੀ ਤੇ ਅਸੀਂ ਦਿੱਤਾ ਸੀ, ਕੋਈ ਗਲਤ ਨਹੀਂ ਕੀਤਾ, ਤੁਸੀਂ ਅਦਾਲਤੀ ਕੇਸ ਚਲਾਓ ਤੇ ਅਸੀਂ ਉਸ ਅਦਾਲਤੀ ਕੇਸ ਚੋਂ ਆਪਣਾ ਬਚਾਅ ਕਰਨਾ ਜਾਣਦੇ ਹਾਂ। ਹੁਣ ਸਾਨੂੰ ਇਹ ਚੇਤਾ ਰੱਖਣਾ ਚਾਹੀਦਾ ਕਿ ਅੱਗੇ ਜਦੋਂ 2008 ਵਾਲੇ ਮੁੰਬਈ ਹਮਲੇ ਦਾ ਮਾਮਲਾ ਆਇਆ ਤੇ ਉਹਦੇ ਵਿਚ ਇਕ ਪਾਕਿਸਤਾਨੀ ਅਮਰੀਕੀ, ਉਦੋਂ ਤੱਕ ਉਹ ਅਮਰੀਕਾ ਦਾ ਸਿਟੀਜ਼ਨ ਬਣ ਚੁੱਕਾ ਸੀ, ਡੇਵਿਡ ਕੋਲਮੈਨ ਹੇਠਲੀ ਫੜਿਆ ਗਿਆ ਸੀ, ਉਹਦਾ ਅਸਲੀ ਨਾਂ ਤੇ ਦਾਊਦ ਗਿਲਾਨੀ ਸੀ ਤੇ ਬਾਪ ਉਹਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਿਚ ਲੱਗਾ ਸੀ। ਔਰ ਜਿਹੜਾ ਉਸ ਵਕਤ ਦਾ ਪ੍ਰਧਾਨ ਮੰਤਰੀ ਹੁੰਦਾ ਸੀ ਯੂਸਫ ਰਜ਼ਾ ਗਿਲਾਨੀ, ਉਹ ਇਨ੍ਹਾਂ ਦਾ ਰਿਸ਼ਤੇਦਾਰ ਵੀ ਸੀ। ਇਹ ਜਿਹੜਾ ਦਾਊਦ ਗਿਲਾਨੀ ਉਰਫ ਡੇਵਿਡ ਕੋਲਮੈਨ ਹੇਠਲੀ ਸੀ ਜਦੋਂ ਫੜਿਆ ਗਿਆ ਤੇ ਉਹਨੇ ਅਮਰੀਕਾ ਦੀ ਅਦਾਲਤ ਵਿਚ ਜਾ ਕੇ ਦਲੀਲ ਇਹ ਲਈ ਸੀ ਕਿ ਅਮਰੀਕਾ ਦਾ ਕਾਨੂੰਨ ਕਹਿੰਦਾ ਕਿ ਜੇ ਤੁਸੀਂ ਕਿਸੇ ਕਾਨੂੰਨੀ ਅਥਾਰਟੀ ਦੀ ਮਦਦ ਕਰਦੇ ਹੋ ਉਹ ਮਦਦ ਠੀਕ ਹੋਵੇ ਜਾਂ ਗਲਤ ਹੋਵੇ ਉਹਦੇ ਵਾਸਤੇ ਕਾਨੂੰਨੀ ਅਥਾਰਟੀ ਜ਼ਿੰਮੇਵਾਰ ਹੈ, ਤੁਸੀਂ ਨਹੀਂ। ਉਹ ਕਹਿੰਦਾ ਜੀ ਮੁੰਬਈ ਹਮਲਾ ਕਰਾਉਣ ਵਾਸਤੇ ਮੈਂ ਉੱਥੇ ਗਿਆ, ਜੋ ਕੁਝ ਮੈਂ ਕੀਤਾ ਉਹ ਤਾਂ ਮੈਂ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਕਹਿਣ ਤੇ ਕੀਤਾ ਤੇ ਖੁਫੀਆ ਏਜੰਸੀ ਪਾਕਿਸਤਾਨ ਦੀ, ਪਾਕਿਸਤਾਨ ਸਰਕਾਰ ਦੀ ਇੱਕ ਕਾਨੂੰਨੀ ਏਜੰਸੀ ਹੈ, ਮੈਂ ਕਾਨੂੰਨੀ ਏਜੰਸੀ ਵਾਸਤੇ ਕੰਮ ਕਰ ਰਿਹਾ, ਗਲਤ ਹੈ ਠੀਕ ਹੈ ਉਹਨਾਂ ਨੂੰ ਪਤਾ ਹੋਊਗਾ, ਮੈਨੂੰ ਤੇ ਉਹਨਾਂ ਕੰਮ ਦਿੱਤਾ ਇੱਕ ਜੋਬ ਦੇ ਤੌਰ ਤੇ ਕਰ ਰਿਹਾ ਸੀ। ਇਹੀ ਗੱਲ ਹੁਣ ਇਸਰਾਇਲ ਵਾਲੇ ਕਹਿੰਦੇ ਆ ਕਿ ਅਸੀਂ ਉਹ ਸਿਸਟਮ ਵੀ ਬਣਾਇਆ, ਅਸੀਂ ਉਹ ਸਿਸਟਮ ਵੀ ਵੇਚਿਆ, ਪਰ ਅਸੀਂ ਕਿਸੇ ਗੈਰ ਕਾਨੂੰਨੀ ਆਰਗੇਨਾਈਜੇਸ਼ਨ ਨੂੰ ਨਹੀਂ ਵੇਚਿਆ, ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਨੂੰ ਨਹੀਂ ਜਿਹਨੂੰ UNO ਜਾਂ ਕਿਸੇ ਦੇਸ਼ ਨੇ ਅੱਤਵਾਦੀ ਡਿਕਲੇਅਰ ਕੀਤਾ ਹੋਵੇ, ਅਸੀਂ ਤਾਂ ਜੀ ਕਾਨੂੰਨੀ ਏਜੰਸੀਆਂ ਨੂੰ ਵੇਚਿਆ। ਹੁਣ ਜੇ ਕਾਨੂੰਨੀ ਏਜੰਸੀਆਂ ਨੂੰ ਵੇਚਿਆ ਉਹਦੇ ਵਿਚ ਭਾਰਤ ਦਾ ਵੀ ਨਾਂ ਆਉਂਦਾ ਪਿਆ, ਭਾਰਤ ਸਰਕਾਰ ਪਹਿਲਾਂ ਮੰਨੀ ਨੀ, ਫਿਰ ਮੰਨੇ ਆ ਜਦੋਂ ਉਨ੍ਹਾਂ ਨੇ ਆਖਿਆ ਜੀ ਅਸੀਂ ਤੇ ਇਹਨਾਂ ਨੂੰ ਭਾਰਤ ਸਰਕਾਰ ਨੂੰ ਪਹਿਲਾਂ ਕਹਿ ਦਿੱਤਾ ਸੀ ਕਿ ਤੁਹਾਡੇ ਵੀ ਆ ਰਿਹਾ ਤੁਸੀਂ ਦੱਸੋ। ਹੁਣ ਭਾਰਤ ਸਰਕਾਰ ਦਾ ਸੂਚਨਾ ਮੰਤਰਾਲਾ ਜਿਹੜਾ ਉਹਦਾ ਮੰਤਰੀ ਵੀ ਕਹੀ ਜਾਂਦਾ ਸੀ, ਅਫਸਰ ਵੀ ਕਹੀ ਜਾਂਦੇ ਆ, ਉਹ ਜੀ ਵਟਸਐਪ ਨੇ ਆਖਿਆ ਸੀ ਪਰ ਕੋਈ ਸਪੈਸੀਫਿਕ ਇਨਫੋਰਮੇਸ਼ਨ ਨਹੀਂ ਸੀ, ਚਲਾਵੀ ਸੀ ਤਾਂ ਕੁਛ ਨਾ ਕੀਤਾ, ਜੇ ਚਲਾਵੀ ਸੀ ਤੇ ਤਦ ਵੀ ਉਨ੍ਹਾਂ ਨੂੰ ਚਾਹੀਦਾ ਸੀ ਦੇਸ਼ ਦੇ ਲੋਕਾਂ ਨੂੰ ਦੱਸ ਦਿੰਦੇ। ਹੁਣ ਕਾਂਗਰਸ ਪਾਰਟੀ ਇਹ ਪੁੱਛ ਰਹੀ ਆ ਕਿ ਜਿਨ੍ਹਾਂ ਦਿਨਾਂ ਦੀ ਇਹ ਗੱਲ ਹੈ ਉਦੋਂ ਤੇ ਭਾਰਤ ਵਿਚ ਪਾਰਲੀਮੈਂਟ ਚੋਣਾਂ ਚੱਲਦੀਆਂ ਸੀ, ਭਾਰਤੀ ਜਨਤਾ ਪਾਰਟੀ ਇਹ ਦੱਸੇ ਕਿ ਕੀ ਉਹਦੇ ਦੌਰਾਨ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਆ ਹੁੰਦਾ ਪਿਆ, ਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਸ਼ਾਮਲ ਸੀ, ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸ਼ਾਮਲ ਨਹੀਂ ਸੀ ਤੇ ਕੀ ਉਹਨਾਂ ਨੇ ਇਹਨੂੰ ਰੋਕਣ ਵਾਸਤੇ ਕੋਈ ਯਤਨ ਕੀਤਾ ਜਾਂ ਜਿਹੜੀਆਂ ਸਬੰਧਤ ਰਿਹਾ ਉਹਨਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ, ਇੱਦਾਂ ਦਾ ਕੁਛ ਵੀ ਨਹੀਂ। ਇਹਦੇ ਵਿਚ ਹੀ ਜ਼ਿਕਰ ਆ ਗਿਆ, ਕਾਂਗਰਸ ਵਾਲੇ ਕਹਿੰਦੇ ਆ ਜੀ ਸਾਡੇ ਸੀਨੀਅਰ ਲੀਡਰ ਹੈ, ਜਨਰਲ ਸਕੱਤਰ ਹੈ ਪ੍ਰਿਯੰਕਾ ਗਾਂਧੀ, ਉਸ ਪ੍ਰਿਯੰਕਾ ਗਾਂਧੀ ਦੇ ਫੋਨ ਦੇ ਉੱਤੇ ਵੀ ਇੱਕ ਵਾਰੀ ਵਟਸਐਪ ਦਾ ਮੈਸੇਜ ਆਇਆ ਸੀ ਕਿ ਤੇਰਾ ਫੋਨ ਹੈਕ ਹੋ ਸਕਦਾ। ਉਹ ਕਹਿੰਦੇ ਜੀ ਇਹ ਫਿਰ ਹੈਕਿੰਗ ਤੁਹਾਂ ਕੀਤੀ ਹੋਵੇਗੀ। ਇਹ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਸੁਖਨੈਬ ਜੀ, ਦੂਸਰੇ ਤੇ ਦੋਸ਼ ਲਾਉਣਾ ਬਹੁਤ ਸੌਖਾ ਹੁੰਦਾ ਪਰ ਆਪਣਾ ਪੱਲਾ ਵੀ ਯਾਦ ਰੱਖਣਾ ਚਾਹੀਦਾ। ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਕੀ ਇਹ ਕਿਸੇ ਦੀ ਕੋਈ ਜਸੂਸੀ ਨਹੀਂ ਕਰਦੇ ਰਹੇ? ਉਦੋਂ ਪਾਰਲੀਮੈਂਟ ਦੇ ਅਪਰ ਹਾਊਸ ਰਾਜ ਸਭਾ ਦੇ ਵਿਚ ਆਪੋਜੀਸ਼ਨ ਦਾ ਲੀਡਰ ਜੈਤਲੀ ਹੁੰਦਾ ਸੀ, ਅਰੁਣ ਜੈਤਲੀ, ਇੱਕ ਵਾਰੀ ਇਹ ਗੱਲ ਸਾਹਮਣੇ ਆ ਗਈ ਕਿ ਉਹਦਾ ਫੋਨ ਜਿਹੜਾ ਉਹਨੂੰ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਹੈਕਿੰਗ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਸਾਰੀ ਪੁੱਛ ਪੜਤਾਲ ਤੋਂ ਬਾਅਦ ਭਾਂਡਾ ਭੱਜ ਗਿਆ ਇੱਕ ਸਿਪਾਹੀ ਤੇ, ਇੱਕ ਸਿਪਾਹੀ ਨੇ ਜਾ ਕੇ ਕਿਸੇ ਸਾਈਬਰ ਕੈਫੇ ਦੇ ਵਿਚੋਂ ਉਹਦੀ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਆ ਅਰੁਣ ਜੈਤਲੀ ਦੇ ਫੋਨ ਨੂੰ। ਕੌਣ ਮੰਨ ਸਕਦਾ ਕਿ ਪਾਰਲੀਮੈਂਟ ਦੇ ਵਿਚ ਆਪੋਜੀਸ਼ਨ ਦਾ ਲੀਡਰ ਜਿਹੜਾ ਜਿਹਦਾ ਸੈਂਟਰ ਗੌਰਮੈਂਟ ਦੇ ਕੈਬਨਿਟ ਮੰਤਰੀ ਦਾ ਰੈਂਕ ਹੈ ਉਹਦੇ ਫੋਨ ਨੂੰ ਸੰਨ ਲਾਉਣ ਵਾਸਤੇ ਇੱਕ ਸਿਪਾਹੀ ਚੁਰਪੂਗਾ? ਉਹਦੀ ਕੋਈ ਜ਼ਰੂਰਤ ਪੈ ਸਕਦੀ ਭਲਾ ਸਿਪਾਹੀ ਦੇ ਸਿਰ ਪਾ ਦਿੱਤੀ ਗਈ ਗੱਲ? ਇੱਦਾਂ ਦਾ ਕੰਮ ਉਸ ਸਰਕਾਰ ਵੇਲੇ ਵੀ ਹੁੰਦਾ ਗਿਆ। ਅਸੀਂ ਜਿਹੜੇ ਲੋਕ ਪੱਤਰਕਾਰੀ ਖੇਤਰ ਵਿਚ ਆ ਅਸੀਂ ਪਿਛਲੇ 30 ਸਾਲਾਂ ਤੋਂ ਜਾਣਦੇ ਹਾਂ ਕਿ ਇਹ ਕੰਮ ਬੜੇ ਚਿਰ ਦਾ ਚੱਲਦਾ ਪਿਆ। ਕਿਹੜੀ ਸਰਕਾਰ ਹੈ ਜਿਹਦੇ ਵੇਲੇ ਜਸੂਸੀ ਨਹੀਂ ਹੋਈ? ਅੱਜ ਤੋਂ 40 ਸਾਲ ਪਹਿਲਾਂ ਜਦੋਂ ਮੁਰਾਰਜੀ ਦੇਸਾਈ ਦੀ ਸਰਕਾਰ ਸੀ ਤੇ ਉਹਦਾ ਝਗੜਾ ਹੋ ਗਿਆ ਸੀਗਾ ਚੌਧਰੀ ਚਰਨ ਸਿੰਘ ਡਿਪਟੀ ਪ੍ਰਧਾਨ ਮੰਤਰੀ ਨਾਲ, ਉਦੋਂ ਵੀ ਦੋਸ਼ ਲੱਗੇ ਸੀ ਸਰਕਾਰ ਸਾਡੀ ਜਸੂਸੀ ਕਰਾਉਂਦੀ ਹੈ। ਉਹਦੇ ਤੋਂ ਬਾਅਦ ਇੰਦਰਾ ਗਾਂਧੀ ਦੀ ਸਰਕਾਰ ਆ ਗਈ, ਸੰਜੇ ਗਾਂਧੀ ਦੀ ਮੌਤ ਹੋ ਗਈ ਹਵਾਈ ਹਾਦਸੇ ਚ, ਉਹਦੀ ਵਾਈਫ ਮੇਨਕਾ ਗਾਂਧੀ ਵੱਖਰੀ ਹੋ ਗਈ ਆਪਣੀ ਸੱਸ ਤੋਂ, ਉਦੋਂ ਵੀ ਦੋਸ਼ ਲੱਗੇ ਸੀ। ਬਲਕਿ ਇੱਕ ਖੁਫੀਆ ਏਜੰਸੀ ਦੇ ਅਫਸਰ ਨੇ ਰਿਟਾਇਰ ਹੋਣ ਤੋਂ ਬਾਅਦ ਕਿਤਾਬ ਵੀ ਲਿਖਤੀ
ਕਿ ਅਸੀਂ ਮੇਨਕਾ ਗਾਂਧੀ ਦੇ ਘਰ ਜਾ ਕੇ ਉਦੋਂ ਮੋਬਾਈਲ ਤੇ ਹੁੰਦੇ ਨਹੀਂ ਸੀ, ਲੈਂਡ ਲਾਈਨ ਦੇ ਫੋਨ ਦੀਆਂ ਕਿੱਦਾਂ ਕਿੱਦਾਂ ਤਾਰਾਂ ਜੋੜੀਆਂ, ਕਿੱਥੇ ਕਿੱਥੇ ਪਾਈਆਂ, ਕੀ ਕੀਤਾ, ਉਹ ਸਾਰਾ ਕੁਝ ਇਹਨੇ ਦੱਸ ਦਿੱਤਾ ਸੀਗਾ। ਉਹ ਵੀ ਗੱਲ ਜ਼ਾਹਰ ਹੋ ਗਈ ਸੀ। ਇੱਦਾਂ ਇੱਕ ਵਾਰ ਨੀ, ਬਹੁਤ ਵਾਰੀ ਜਾਸੂਸੀ ਹੋਈ ਆ। ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਵਿਦੇਸ਼ ਮੰਤਰੀ ਹੁੰਦਾ ਸੀ ਪ੍ਰਣਬ ਮੁਖਰਜੀ, ਜਿਹੜਾ ਬਾਅਦ ਚ ਰਾਸ਼ਟਰਪਤੀ ਬਣਿਆ, ਉਹਦੇ ਨਾਲ ਗ੍ਰਹਿ ਮੰਤਰੀ ਹੁੰਦਾ ਸੀ ਪੀ ਚਿਦੰਬਰਮ, ਜਿਹੜਾ ਇਸ ਵੇਲੇ ਇਹ ਹੋਮ ਮਿਨਿਸਟਰ ਹੁੰਦਾ ਸੀ ਤੇ ਅੱਜ ਕੱਲ ਜੇਲ੍ਹ ਨੂੰ ਹੋਮ ਬਣਾ ਕੇ ਉੱਥੇ ਵਿਚਾਰਾ ਬੈਠਾ। ਇਹਨੇ ਹੋਮ ਮਿਨਿਸਟਰ ਚਿਦੰਬਰਮ ਨੇ ਕਿਸੇ ਤਰੀਕੇ ਪ੍ਰਣਬ ਮੁਖਰਜੀ ਦੀ ਜਾਸੂਸੀ ਕਰਨ ਦਾ ਯਤਨ ਕੀਤਾ। ਪ੍ਰਣਬ ਮੁਖਰਜੀ ਵਿਦੇਸ਼ ਗਿਆ ਸੀ, ਮਗਰੋਂ ਉੱਥੇ ਕੁਝ ਬਗਿੰਗ ਹੋਈ, ਫੜੀ ਗਈ, ਪਤਾ ਲੱਗ ਗਿਆ ਕਿ ਉੱਥੇ ਕੁਝ ਇੰਸਟਰੂਮੈਂਟ ਲਾਏ ਗਏ ਪ੍ਰਣਬ ਮੁਖਰਜੀ ਦੇ ਦਫ਼ਤਰ ਦੀ ਜਾਸੂਸੀ ਕਰਨ ਵਾਲੇ। ਮਨਮੋਹਨ ਸਿੰਘ ਦੀ ਸਰਕਾਰ ਇਸ ਗੱਲ ਤੋਂ ਡਿੱਗਦੀ ਡਿੱਗਦੀ ਬਚੀ ਸੀ ਕਿ ਤੁਹਾਡੇ ਮੰਤਰੀ ਆਪੋ ਵਿਚ ਵੀ ਇਕ ਦੂਜੇ ਜਾਸੂਸੀ ਕਰਾਉਂਦੇ। ਹੁਣ ਜੇ ਨਰਿੰਦਰ ਮੋਦੀ ਸਰਕਾਰ ਆ ਕੇ ਅਸੀਂ ਕਿਸੇ ਦੀ ਜਾਸੂਸੀ ਨਹੀਂ ਕਰਾਉਂਦੇ, ਇਹ ਤਾਂ ਨਹੀਂ ਮੰਨਿਆ ਜਾ ਸਕਣਾ। ਮੋਦੀ ਜਿੰਨਾ ਕੁ ਦੁੱਧ ਧੋਤਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਇਹਦੇ ਚ ਬੜਾ ਸਪਸ਼ਟ ਆ ਕਿ ਕੀਤਾ ਕਰਾਇਆ ਨਾ ਸਭ ਕੁਛ ਹੈਗਾ। ਇਹੋ ਜਿਹਾ ਕੰਮ ਕਰਕੇ ਅੱਜ ਤੱਕ ਕੋਈ ਮੰਨਿਆ ਨਹੀਂ, ਤੇ ਮੋਦੀ ਤੋਂ ਤਾਂ ਬਿਲਕੁਲ ਇਹ ਆਸ ਨਹੀਂ ਰੱਖੀ ਜਾ ਸਕਦੀ ਕੋਈ ਮੰਨ ਲਿਆ ਜੀ। ਅਪਨ ਸਾਹਿਬ, ਜੇ ਮੋਦੀ ਦੀ ਗੱਲ ਚੱਲਦੀ ਹੈ ਤੇ ਨਾਲ ਨਾਲ ਬੀਜੇਪੀ ਦੀ ਗੱਲ ਕਰ ਲਈਏ, ਔਰ ਬੀਜੇਪੀ ਹੁਣ ਸਰਕਾਰ ਬਣਾਉਣ ਦੇ ਵਾਸਤੇ ਯਤਨਸ਼ੀਲ ਸੀ ਮਹਾਰਾਸ਼ਟਰ ਦੇ ਵਿਚ, ਉਧਰ ਸ਼ਿਵ ਸੈਨਾ ਵਾਲੇ ਆਪਦਾ ਝੰਡਾ ਚੱਕੀ ਬੈਠੇ, ਕੀ ਸਥਿਤੀ ਹੈ ਜੀ ਅੱਜ ਦੀ ਉੱਥੇ? ਮੈਨੂੰ ਇੱਦਾਂ ਲੱਗਦਾ ਕਿ ਹੁਣ ਸ਼ਿਵ ਸੈਨਾ ਸ਼ਾਇਦ ਥੋੜੀ ਬਹੁਤ ਮਾਰ ਖਾ ਗਈ ਹੈ ਜੀ। ਅੱਗੇ ਸ਼ਿਵ ਸੈਨਾ ਇਹੋ ਜਿਹੀਆਂ ਚਲਾਕੀਆਂ ਖੇਡਣ ਚ ਬਾਕੀਆਂ ਸਾਰਿਆਂ ਤੋਂ ਤੇਜ਼ ਹੁੰਦੀ ਸੀ, ਹੁਣ ਉਹ ਗੱਲ ਨਹੀਂ ਬਣ ਰਹੀ। ਉਹਦਾ ਕਾਰਨ ਇਹ ਹੈ ਕਿ ਉੱਥੇ ਸ਼ਿਵ ਸੈਨਾ ਨੇ ਪਹਿਲਾਂ ਇੱਕ ਗਲਤੀ ਕਰ ਲਈ 2014 ਦੀਆਂ ਚੋਣਾਂ ਚ। ਉਦੋਂ ਨਰਿੰਦਰ ਮੋਦੀ ਨਾਲ ਸਮਝੌਤਾ ਕਰ ਲਿਆ ਇਸ ਸ਼ਰਤ ਤੇ ਕਿ ਪਾਰਲੀਮੈਂਟ ਚ ਤੁਸੀਂ ਸੀਟਾਂ ਵੱਧ ਲੜ ਲਓ ਤੇ ਵਿਧਾਨ ਸਭਾ ਚ ਸਾਨੂੰ ਵੱਧ ਲੜਾ ਦਿਓ, ਤੇ ਨਰਿੰਦਰ ਮੋਦੀ ਨੇ ਇੰਨੀ ਗੱਲ ਦੇ ਨਾਲ ਇਨ੍ਹਾਂ ਨੂੰ ਪਤਿਆ ਲਿਆ, ਆਪ ਚੋਣਾਂ ਜਿੱਤ ਲਈਆਂ ਤੇ ਫਿਰ ਬਾਅਦ ਵਿਚ ਜਦੋਂ ਇਨ੍ਹਾਂ ਦੀ ਵਾਰੀ ਆਈ ਤੇ ਉਹਨੇ ਕਿਹਾ ਜੀ ਇੰਨੀਆਂ ਸੀਟਾਂ ਤੁਹਾਨੂੰ ਨਹੀਂ ਛੱਡਣੀਆਂ। ਜਾਂ ਤਾਂ ਪਹਿਲਾਂ ਸੀਟਾਂ ਵੀ ਤੈਅ ਕਰ ਲਈ, ਉਹ ਉਹਨਾਂ ਨੇ ਛਡਾਈਆਂ ਨਹੀਂ ਸੀ, ਉੱਥੇ ਫਿਰ ਸੀਟਾਂ ਛਡਾਉਣ ਦੇ ਸਵਾਲ ਤੇ ਰਿੜਕਾ ਪੈ ਗਿਆ। ਫਿਰ ਨਰਿੰਦਰ ਮੋਦੀ ਨੇ ਆਖਿਆ ਬੀਜੇਪੀ ਨੂੰ ਵੱਖਰੀ ਚੋਣ ਲੜੋ, ਉਹਨਾਂ ਵੱਖਰੀ ਲੜੀ, ਇਹਨਾਂ ਵੱਖਰੀ ਲੜੀ, ਸਰਕਾਰ ਬਣਾਉਣ ਜੋਗੇ ਬੰਦੇ ਤੇ ਬੀਜੇਪੀ ਕੋਲ ਵੀ ਨਹੀਂ ਸੀ ਆਏ। ਪਰ ਜਦੋਂ ਸ਼ਿਵ ਸੈਨਾ ਖਰਾਬ ਕਰਨ ਲੱਗੀ, ਇਹਨਾਂ ਕੋਲ ਇੰਨੀਆਂ ਸੀਟਾਂ ਹੈਗੀਆਂ ਸੀ ਕਿ ਬੀਜੇਪੀ ਸਰਕਾਰ ਬਣਨ ਤੋਂ ਰੋਕ ਸਕਦੇ ਸੀ, ਤੇ ਬੀਜੇਪੀ ਨੇ ਐਨਸੀਪੀ ਨਾਲ ਗੱਠਜੋੜ ਕਰ ਲਈ ਕਿਸੇ ਤਰੀਕੇ ਕਿ ਤੁਸੀਂ ਸਾਡੀ ਮਦਦ ਕਰ ਦਿਓ ਤੇ ਅਸੀਂ ਸ਼ਿਵ ਸੈਨਾ ਤੋਂ ਖੜਾ ਛਡਾਉਂਦੇ ਹਾਂ। ਬਾਅਦ ਚ ਸ਼ਿਵ ਸੈਨਾ ਨਾਲ ਸਮਝੌਤਾ ਹੋ ਗਿਆ, 5 ਸਾਲ ਰਾਜ ਕਰਦੇ ਰਹੇ। ਇਸ ਵਾਰੀ ਚੋਣਾਂ ਦੋਵਾਂ ਨੇ ਰਲ ਕੇ ਲੜੀਆਂ ਨੇ, ਪਰ ਰਲ ਕੇ ਲੜਨ ਦੇ ਬਾਵਜੂਦ ਇਨ੍ਹਾਂ ਦੀ ਆਪਸੀ ਤੈਅ ਨਹੀਂ ਬਹਿੰਦੀ। ਸ਼ਿਵ ਸੈਨਾ ਕਹਿੰਦੀ ਹੈ ਕਿ ਇਨ੍ਹਾਂ ਨੇ ਸਾਨੂੰ ਆਖਿਆ ਸੀ ਕਿ ਆਪਾਂ ਅੱਧੋ ਅੱਧੀ 50-50 ਦੇ ਫਾਰਮੂਲੇ ਤੇ ਰਾਜ ਕਰਾਂਗੇ, 2.5 ਸਾਲ ਅਸੀਂ ਕਰਾਂਗੇ ਤੇ 2.5 ਸਾਲ ਤੁਹਾਡੇ ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਦਾ ਮੁੰਡਾ ਰਾਜ ਕਰੇਗਾ, ਉਹਨੂੰ ਅਸੀਂ ਦੇ ਦਿਆਂਗੇ ਆਦਿਤਿਆ ਠਾਕਰੇ ਨੂੰ ਕਿ ਤੂੰ ਰਾਜ ਕਰ ਲਾ। ਇਹ ਸ਼ਿਵ ਸੈਨਾ ਕਹਿੰਦੀ ਹੈ ਕਿ ਇਹ ਫਾਰਮੂਲਾ ਹੁਣ ਜਾਂ ਤਾਂ ਲਿਖਤੀ ਤੌਰ ਤੇ ਸਾਨੂੰ ਵਾਅਦਾ ਦਿਓ, ਜਾਂ ਪਹਿਲੇ 2.5 ਸਾਲ ਸਾਨੂੰ ਦਿਓ ਤੇ ਮਗਰਲੇ 2.5 ਸਾਲ ਤੁਸੀਂ ਵਰਤਿਓ। ਬੀਜੇਪੀ ਮੰਨਦੀ ਨੀ। ਕੱਲ ਸ਼ਿਵ ਸੈਨਾ ਨੇ ਕਹਿਤਾ ਕਿ ਚੰਗਾ ਤੁਸੀਂ ਨਾ ਮੰਨੋਗੇ ਤੇ ਸਾਡੇ ਕੋਲ 150 ਤੋਂ ਵੱਧ MLA ਹੋ ਗਏ ਆ ਤੇ ਚਾਹੀਦੇ ਤੇ 144 ਆ, ਸਾਨੂੰ NCP ਦੀ ਵੀ ਹਮਾਇਤ ਆ, ਫਲਾਨੇ ਦੀ ਵੀ ਹਮਾਇਤ ਆ। NCP ਵਾਲਾ ਸ਼ਰਦ ਪਵਾਰ ਅੱਜ ਦਿੱਲੀ ਆਇਆ ਸੀ ਤੇ ਉਹ ਸੋਨੀਆ ਗਾਂਧੀ ਨੂੰ ਵੀ ਮਿਲਿਆ ਤੇ ਹੁਣ ਤੱਕ ਦੀਆਂ ਰਿਪੋਰਟਾਂ ਇਹ ਆ ਕਿ ਉਹਨੇ ਕਹਿਤਾ ਜੀ ਅਸੀਂ ਆਪੋਜੀਸ਼ਨ ਚ ਬੈਠਾਂਗੇ, ਸਾਡੀ ਸ਼ਿਵ ਸੈਨਾ ਨਾਲ ਕੋਈ ਗੱਲਬਾਤ ਨਹੀਂ, ਇਹ ਜੋ ਮਰਜ਼ੀ ਆਪੋ ਚ ਕਰਨ ਅਸੀਂ ਕਿਸੇ ਗੱਲ ਚ ਨਹੀਂ ਪੈਣਾ। ਜੇ ਇਹ ਨਹੀਂ ਪੈਂਦੇ, ਕਾਂਗਰਸ ਵਿਚ ਨਹੀਂ ਪੈਂਦੀ ਤੇ ਸ਼ਿਵ ਸੈਨਾ ਪਾਸੇ ਰਹੇਗੀ, ਸਰਕਾਰ ਬੀਜੇਪੀ ਬਣਾ ਲੇਗੀ, ਮਨੋਰਟੀ ਸਰਕਾਰ ਹੋਵੇਗੀ। ਜਦੋਂ ਉਹਨੇ ਭਰੋਸੇ ਦਾ ਵੋਟ ਲੈਣਾ, ਸ਼ਿਵ ਸੈਨਾ ਨਾਲ ਝਗੜਾ ਹੋਵੇ ਤੇ NCP ਵਾਲੇ ਵਾਕਆਊਟ ਕਰ ਜਾ ਕਰਨਗੇ, ਤੇ ਸ਼ਿਵ ਸੈਨਾ ਭਾਵੇਂ ਝਗੜਾ ਕਰਦੀ ਵੀ ਰਹੇ, ਬੀਜੇਪੀ ਦਾ ਕੱਖ ਨਹੀਂ ਵਿਗੜਨਾ ਉਹਦੇ ਕੋਲ। ਹਾਊਸ ਦੇ ਅੰਦਰ ਬੈਠੇ ਬੰਦਿਆਂ ਚ ਬਹੁਤ ਸੰਮਤੀ ਹੋਣੀ ਆ ਨਾ, ਉਹਨਾਂ ਨੂੰ ਉਥੇ ਬੈਠਿਆਂ ਚ ਬਹੁਤ ਸੰਮਤੀ ਦੀ ਲੋੜ ਆ, ਵਿਧਾਨ ਸਭਾ ਦੇ ਟੋਟਲ ਮੈਂਬਰਾਂ ਦੀ ਬਹੁਤ ਸੰਮਤੀ ਦੀ ਲੋੜ ਹੈ ਨੀ। ਇਸ ਕਰਕੇ ਕੰਮ ਉਹਨਾਂ ਨੇ ਆਪਣਾ ਚਲਾਈ ਜਾਣਾ, ਰੇੜਕਾ ਅਜੇ ਪਿਆ ਹੋਇਆ, ਹਾਲੇ ਦਾ ਕੋਈ ਨੀ ਨਿਕਲ ਰਿਹਾ ਜੀ। ਰੇੜਕਾ ਇਹ ਬਰਕਰਾਰ ਪਤਾ ਨੀ ਕਿੰਨੀ ਦੇਰ ਰਹੂਗਾ ਜੀ, ਔਰ ਅਪਨ ਸਾਹਿਬ ਰੇੜਕੇ ਤੇ ਰੇੜਕਾ ਕਿਤੇ ਨਾ ਕਿਤੇ ਕੋਈ ਨਾ ਕੋਈ ਪਈ ਜਾਂਦਾ ਹੈ। ਤੇ ਇੱਕ ਕੁਮਾਰ ਸਵਾਮੀ ਹੈ ਜਿਹੜੇ, ਉਸ ਨੇ ਕੁਮਾਰਾ ਸਵਾਮੀ ਉਸ ਨੇ ਹੁਣ ਮਾਫ਼ੀ ਕਾਹਦੇ ਵਾਸਤੇ ਮੰਗ ਲਈ? ਕੁਝ ਜ਼ਰੂਰਤ ਤੋਂ ਜ਼ਿਆਦਾ ਮੂੰਹ ਪਾੜ ਬੈਠਾ ਸੀ ਉਹ ਬੰਦਾ, ਬੜੇ ਚਿਰ ਦਾ ਇਸ ਤਰ੍ਹਾਂ ਦੇ ਇਸ਼ਤਿਹਾਰ ਦਿੰਦਾ ਜਿਨ੍ਹਾਂ ਚ ਉਹ ਕਹਿੰਦਾ ਕਿ ਆਹ ਚੀਜ਼ਾਂ ਇਸ ਤਰ੍ਹਾਂ ਮੈਂ ਠੀਕ ਕਰ ਸਕਦਾ, ਉਹਦੇ ਚ ਸਿੱਖ ਧਰਮ ਨਾਲ ਸੰਬੰਧਿਤ ਕੁਝ ਗੱਲਾਂ ਵੀ ਉਹ ਵਰਤਦਾ। ਅੱਛਾ, ਉਹ ਜਿਹੜੀਆਂ ਗੱਲਾਂ ਉਹ ਵਰਤਦਾ ਸੀ
ਉਹਨਾਂ ਉੱਤੇ ਸਿੱਖ ਅੱਗੇ ਵੀ ਇਤਰਾਜ਼ ਕਰਦੇ ਸੀ। ਇਸ ਵਾਰੀ ਉਹਨੇ ਕੁਝ ਸਿੱਖ ਧਰਮ ਦੇ ਗੁਰਬਾਣੀ ਦੇ ਸ਼ਬਦਾਂ ਨੂੰ ਇਸ ਢੰਗ ਨਾਲ ਆਪਣੇ ਵਾਸਤੇ ਵਰਤਿਆ ਔਰ ਪੂਰੇ ਪੂਰੇ ਸਫ਼ੇ ਦੇ ਇਸ਼ਤਿਹਾਰ ਦਿੱਤੇ ਕਿ ਇੱਥੇ ਰੌਲਾ ਪੈਣਾ ਹੀ ਪੈਣਾ ਸੀ। ਉਹ ਫਿਰ ਜਦੋਂ ਵੇਖਿਆ ਕਿ ਕੰਮ ਵਿਗੜ ਰਿਹਾ, ਉਦਾਂ ਸ਼ਾਇਦ ਬੀਜੇਪੀ ਵਾਲੇ ਉਹਨੂੰ ਸਪੋਰਟ ਵੀ ਕਰ ਜਾਂਦੇ, ਪਤਾ ਨੀ ਕੋਈ ਹੋ ਸਕਦਾ ਸੀ ਰਾਹ ਨਿਕਲਾਉਂਦਾ ਸੀ। ਇਸ ਵੇਲੇ 550ਵਾਂ ਪ੍ਰਕਾਸ਼ ਉਤਸਵ ਆ ਗੁਰੂ ਨਾਨਕ ਸਾਹਿਬ ਦਾ ਤੇ ਸਾਰਿਆਂ ਧਿਆਨ ਇਹਦੇ ਵੱਲ ਲੱਗਾ ਪਿਆ। ਬੀਜੇਪੀ ਲੀਡਰਸ਼ਿਪ ਇਹੋ ਜਿਹੇ ਮੌਕੇ ਤੇ ਬਿਲਕੁਲ ਨੀ ਚਾਹੇਗੀ ਕਿ ਕਿਸੇ ਤਰੀਕੇ ਕੋਈ ਨਵਾਂ ਰੇੜਕਾ ਪਾਇਆ ਜਾਵੇ। ਇਹਨਾਂ ਨੇ ਉਹਨੂੰ ਸਮਝਾਇਆ ਹੋਣਾ ਕਿ ਕੰਮ ਖਰਾਬ ਹੋ ਗਿਆ, ਉਹ ਫਿਰ ਆਪ ਤਾਂ ਸਾਹਮਣੇ ਨਹੀਂ ਆਇਆ ਤੇ ਉਹਨੇ ਆਪਣੇ 5-6 ਬੰਦੇ ਭੇਜ ਦਿੱਤੇ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੇ ਅੰਤਰਿਮ ਕਮੇਟੀ ਨੂੰ ਜਾ ਕੇ ਮਿਲੇ ਆ ਤੇ ਉਹਨਾਂ ਨੇ ਆਖਿਆ ਜੀ ਸਵਾਮੀ ਜੀ ਨੇ ਮਾਫ਼ੀ ਮੰਗੀ ਆ ਬਿਨਾਂ ਸ਼ਰਤ ਕਿ ਤੁਹਾਡੇ ਹਿਰਦਿਆਂ ਨੂੰ ਠੇਸ ਲੱਗੀ ਆ, ਬੜੀ ਮਾੜੀ ਗੱਲ ਹੋਈ ਆ। ਉਹ ਮਾਫ਼ੀ ਪੱਤਰ ਦੇ ਆਏ ਆ ਜੀ। ਮਾਫ਼ੀ ਪੱਤਰ ਦੇਣ ਵਾਸਤੇ ਭਾਜਪਾ ਦਾ ਸਾਬਕਾ ਮੰਤਰੀ ਬਲਦੇਵ ਚਾਵਲਾ ਵੀ ਗਿਆ, 2-3 ਜਾਣੇ ਹੋਰ ਵੀ ਗਏ ਆ। ਮੈਂ ਉਹਨਾਂ ਸਾਰੇ ਬੰਦਿਆਂ ਨੂੰ ਜਾਣਦਾ, ਨਾਨ ਸੀਰੀਅਸ ਬੰਦੇ ਆ ਜਿਹੜੇ ਉੱਥੇ ਗਏ ਨੇ, ਜਾ ਕੇ ਉਹ ਮਾਫ਼ੀ ਪੱਤਰ ਦੇ ਕੇ ਆ ਗਏ ਨੇ। ਬਲਦੇਵ ਰਾਜ ਚਾਵਲਾ ਜਦੋਂ ਪੰਜਾਬ ਦਾ ਮੰਤਰੀ ਹੁੰਦਾ ਸੀ ਤੇ ਉਦੋਂ ਵੀ ਕਈ ਵਾਰੀ ਵਿਵਾਦਾਂ ਚ ਆ ਗਿਆ ਸੀ। ਚਲੋ ਇੱਕ ਪਾਸੋਂ ਇਹਨਾਂ ਨੇ ਮਾਮਲਾ ਨਿਬੇੜ ਲਿਆ, ਪਰ ਗੱਲ ਕੱਲੀ ਇਹਨਾਂ ਦੀ ਥੋੜੀ ਆ, ਇਹੋ ਜਿਹੇ ਮਾਮਲੇ ਤਾਂ ਮੁੜ ਮੁੜ ਉੱਪਰਦੇ ਆ। ਸੱਚੇ ਸੌਦੇ ਵਾਲੇ ਨਾਲ ਵੀ ਤੇ ਇਹਨਾਂ ਗੱਲਾਂ ਤੋਂ ਹੀ ਰੇੜਕਾ ਪਿਆ ਸੀ ਤੇ ਹੁਣ ਅੱਜ ਇਹ ਖ਼ਬਰ ਆਉਂਦੀ ਆ ਕਿ ਡੇਰਾ ਬਿਆਸ ਵਾਲਿਆਂ ਦੀ ਇੱਕ ਬੀਬੀ ਨੇ ਕਿਤੇ ਕਥਾ ਕੀਤੀ ਹੈ ਡੇਰਾ ਬਿਆਸ ਰਾਧਾ ਸਵਾਮੀ ਦੇ ਸਮਰਥਕਾਂ ਦੇ ਸਾਹਮਣੇ ਤੇ ਉਸ ਕਥਾ ਦੇ ਵਿਚ ਉਹਨੇ ਆਪਣੇ ਬਾਬੇ ਦੀ ਤੁਲਨਾ ਗੁਰੂ ਸਾਹਿਬ ਨਾਲ ਕਰ ਦਿੱਤੀ ਹੈ ਕਿ ਗੁਰੂ ਸਾਹਿਬ ਨੂੰ ਵੀ ਉਸ ਵਕਤ ਦੇ ਰਾਜੇ ਸੱਦਦੇ ਹੁੰਦੇ ਸਨ ਤੇ ਗੁਰੂ ਸਾਹਿਬ ਜਦੋਂ ਜਵਾਬ ਦਿੰਦੇ ਸੀ ਤੇ ਰਾਜੇ ਉਹਦੇ ਅੱਗੇ ਝੁਕ ਜਾਂਦੇ ਸੀ ਤੇ ਫਿਰ ਰਾਜੇ ਗੁਰੂ ਸਾਹਿਬ ਦੇ ਪੈਰੋਕਾਰ ਬਣ ਜਾਂਦੇ ਸੀ। ਹੁਣ ਸਾਡੇ ਬਾਬਾ ਜੀ ਜਿਹੜੇ ਆ ਇਹਨਾਂ ਨੂੰ ਅਦਾਲਤ ਦਾ ਸੰਮਣ ਆਇਆ, ਇਹ ਅਦਾਲਤ ਵਿਚ ਜਾਣਗੇ, ਇਹ ਵੀ ਉਥੋਂ ਬਰੀ ਹੋ ਕੇ ਨਿਕਲਣਗੇ, ਇਹੋ ਜਿਹੀ ਕੋਈ ਗੱਲ ਨੀ। ਹੁਣ ਸਿੱਖਾਂ ਚ ਇਸ ਗੱਲ ਦਾ ਰੋਸ ਹੈ ਕਿ ਇਸ ਬਾਬੇ ਨੂੰ ਗੁਰੂ ਸਾਹਿਬ ਦੇ ਨਾਲ ਬਰਾਬਰ ਕਿੱਦਾਂ ਤੋਲਿਆ ਗਿਆ, ਇਹਦੇ ਉੱਤੇ ਵੀ ਰੋਸ ਹੈ। ਸੋ ਇੱਦਾਂ ਦੀਆਂ ਗੱਲਾਂ ਹੁਣ ਕਦੇ ਕੁਮਾਰਾ ਸਵਾਮੀ, ਕਦੇ ਕੋਈ ਹੋਰ ਸਵਾਮੀ, ਕਦੇ ਕੋਈ ਬਾਬਾ, ਇਹ ਜਿੰਨੇ ਵੀ ਆ ਆਪਣਾ ਕਾਰੋਬਾਰ ਕਰਨਾ ਜਿੱਦਾਂ ਪੂਜਾ ਪਾਠ ਦਾ ਹੋਵੇ ਪੂਜਾ ਪਾਠ ਦੇ ਬਹਾਨੇ ਲੋਕਾਂ ਨੂੰ ਆਪਣੇ ਆਪਣੇ ਢੰਗ ਨਾਲ ਚਲਾਉਣ ਦਾ ਵਿੱਚ ਲਾਈ ਜਾਣ, ਪਰ ਜਦੋਂ ਇਹੋ ਜਿਹੀ ਕੋਈ ਗੱਲ ਕਰਦੇ ਆ ਜਿਹਦੇ ਨਾਲ ਕਿਸੇ ਧਰਮ ਦੇ ਪੈਰੋਕਾਰਾਂ ਦੇ ਮਨ ਵਿੱਚ ਰੋਸ ਪੈਦਾ ਹੁੰਦਾ ਉਹ ਗੱਲ ਮਾੜੀ ਆ। ਇਹਨਾਂ ਨੂੰ ਆਪਣਾ ਚਲਾਉਣ ਤੋਂ ਕੋਈ ਰੋਕਦਾ ਨਹੀਂ, ਪਰ ਦੂਸਰਿਆਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦਾ ਲਾਇਸੈਂਸ ਇਹਨਾਂ ਚੋਂ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ ਜੀ। ਪੰਨੂ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਫੇਰ ਹੁੰਦੇ ਆ ਜੀ, ਕਿਉਂਕਿ ਇਹ ਬ੍ਰੇਕ ਲੈਣੀ ਲਾਜ਼ਮੀ ਹੈ। ਸਿਰਫ 30 ਸੈਕਿੰਡ ਦੇ ਵਿੱਚ ਅਸੀਂ ਸਰੋਤਿਆਂ ਨਾਲ ਜੁੜ ਜਾਵਾਂਗੇ। ਸੋ ਸੱਜਣੋ, ਜਤਿੰਦਰ ਪੰਨੂ ਸਾਹਿਬ ਹੋਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਔਰ ਦੁਬਾਰਾ ਫੇਰ ਨਾਲ ਦੀ ਨਾਲ ਆਪਾਂ ਜੁੜਨ ਦੇ ਵਾਸਤੇ ਲਾਈਨ ਮਿਲਾ ਲਈ ਹੈ। ਛੇਤੀ ਸਿੱਧੀ ਕਾਲ ਜਲੰਧਰ ਲੱਗ ਜੂ ਤੇ ਫੇਰ ਗੱਲਬਾਤ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣ ਰਹੇ ਹੋ ਸਿੱਧੂ ਲਾਈਵ ਸ਼ੋਅ ਜੀ। ਪੰਨੂ ਸਾਹਿਬ ਹਾਂਜੀ ਜੀ, ਔਰ ਅਸੀਂ ਅਗਲੀ ਗੱਲ ਕਰੀਏ ਜੀ ਦਿੱਲੀ ਦੀ। ਦਿੱਲੀ ਦੇ ਵਿਚ ਵੈਸੇ ਤਾਂ ਬਹੁਤ ਕੁਝ ਹੋਈ ਜਾਂਦਾ, ਸਮੋਗ ਇਸ ਮਾਮਲੇ ਦੇ ਉੱਤੇ ਹੁਣ ਸੁਪਰੀਮ ਕੋਰਟ ਵੀ ਸਖ਼ਤ ਹੈ, ਉਹ ਕਹਿੰਦੇ ਕਿ ਲੋਕ ਮਰ ਰਹੇ ਪਰ ਜ਼ਿੰਮੇਵਾਰ ਲੋਕ ਆ ਜਿਹੜੇ ਉਹ ਤਿਕੜਮਬਾਜ਼ੀਆਂ ਕਰਦੇ ਆ। ਇਹ ਤਾਂ ਗੱਲ ਸੱਚੀ ਹੈ ਕਿ ਜਿੰਨਾ ਕੁ ਚਾਹੀਦਾ ਸੀ ਸੰਜੀਦਗੀ ਵਿਖਾਈ ਜਾਂਦੀ, ਗੰਭੀਰਤਾ ਵਿਖਾਈ ਜਾਂਦੀ, ਉਹ ਨਹੀਂ ਵਿਖਾਈ ਜਾ ਰਹੀ। ਸਿਆਸੀ ਪਾਰਟੀਆਂ ਇਹਦੇ ਚ ਆਪੋ ਆਪਣੀ ਰਾਜਨੀਤੀ ਦੇ ਰਾਹੀਂ ਵੋਟਾਂ ਦਾ ਪਰਾਗਾ ਤਲਣ ਵਾਸਤੇ ਲੱਗੀਆਂ ਹੋਈਆਂ ਨੇ। ਜਦੋਂ ਇਹ ਪਤਾ ਕਿ ਦਿੱਲੀ ਇਸ ਵੇਲੇ ਸੰਕਟ ਵਿਚ ਹੈ, ਦਿੱਲੀ ਦੇ ਮੁੱਖ ਮੰਤਰੀ ਨੇ ਆਲ ਈਵਨ ਦਾ ਫਾਰਮੂਲਾ ਦੇ ਦਿੱਤਾ ਜਦੋਂ ਉਹਨੇ ਪਿਛਲੀ ਵਾਰ ਦਿੱਤਾ ਸੀ, ਉਦੋਂ ਵੀ ਰੌਲਾ ਪਿਆ ਸੀਗਾ। ਪਰ ਸੁਪਰੀਮ ਕੋਰਟ ਦੇ ਉਸ ਵਕਤ ਦੇ ਚੀਫ਼ ਜਸਟਿਸ ਨੇ ਆਖਿਆ ਸੀ ਹੋਰ ਕੋਈ ਰਾਹ ਨਹੀਂ, ਤੇ ਸਭ ਤੋਂ ਪਹਿਲਾਂ ਮੈਂ ਤੇ ਮੇਰੇ ਗੁਆਂਢੀ ਜੱਜ ਸਾਹਿਬ ਜਿਹੜੇ ਉਹਨਾਂ ਨੇ ਫੈਸਲਾ ਕੀਤਾ ਕਿ ਦੋ ਗੱਡੀਆਂ ਲਿਜਾਣ ਦੇ ਬਜਾਏ ਇੱਕ ਦਿਨ ਉਹਨਾਂ ਦੀ ਗੱਡੀ ਤੇ ਜਾਇਆ ਕਰਾਂਗੇ ਤੇ ਇੱਕ ਦਿਨ ਮੇਰੀ ਗੱਡੀ ਤੇ ਜਾਇਆ ਕਰਾਂਗੇ। ਅਸੀਂ ਮੰਨਦੇ ਹਾਂ ਤੇ ਬਾਕੀ ਲੋਕ ਕਿਉਂ ਨਹੀਂ ਮੰਨਦੇ? ਉਦੋਂ ਬੀਜੇਪੀ ਦੇ ਲੀਡਰਾਂ ਨੇ ਇੱਥੋਂ ਤੱਕ ਬਿਆਨ ਦਿੱਤੇ ਸਨ ਕਿ ਹੁਣ ਸਾਡੇ ਘਰ ਚ ਦਾਲ ਕਿੱਦਣ ਬਣਨੀ ਹੈ ਤੇ ਗੋਭੀ ਕਿੱਦਣ ਬਣਨੀ ਹੈ, ਵੀ ਕੇਜਰੀਵਾਲ ਤੈਅ ਕਰਿਆ ਕਰੇਗਾ। ਇਸ ਵਾਰੀ ਜਦੋਂ ਫੇਰ ਉਹੀ ਫਾਰਮੂਲਾ ਲਾਗੂ ਕਰਨ ਦਾ ਯਤਨ ਕੀਤਾ ਗਿਆ ਤੇ ਬੀਜੇਪੀ ਦੇ ਇੱਕ MP ਤੇ ਦਿੱਲੀ ਦੇ ਸਾਬਕਾ ਪ੍ਰਧਾਨ ਵਿਜੇ ਗੋਇਲ ਨੇ ਕਹਿਤਾ ਮੈਂ ਇਹਨੂੰ ਨਹੀਂ ਮੰਨਦਾ, ਮੈਂ ਇਹਦੀ ਲੰਘਣਾ ਕਰਾਂਗਾ, ਮੈਂ ਇਹਦਾ ਚਲਾਣ ਕਰਵਾਵਾਂਗਾ। ਅੱਜ ਉਹ ਗਿਆ, ਲੰਘਣਾ ਕੀਤੀ, ਚਲਾਣ ਵੀ ਕਰਵਾ ਲਿਆ, ਸਭ ਕੁਛ ਪਤਾ ਹੀ ਹੈ ਕੀ ਕੁਛ ਹੋਇਆ। ਉਸ ਚਲਾਣ ਤੋਂ ਬਾਅਦ ਚਰਚਾ ਇਹ ਚੱਲ ਪਈ ਹੈ ਕਿ ਅਸਲ ਚ ਪ੍ਰਦੂਸ਼ਣ ਦੇ ਸਵਾਲ ਦੇ ਉੱਤੇ ਚਲਾਣ ਨਹੀਂ ਕਰਾਇਆ। 5 ਸਾਲ ਪਹਿਲਾਂ ਇਹ ਵਿਜੇ ਗੋਇਲ ਦਿੱਲੀ ਦੀ ਭਾਜਪਾ ਦਾ ਪ੍ਰਧਾਨ ਹੁੰਦਾ ਸੀ ਜੀ, ਤੇ ਉਦੋਂ ਜਦੋਂ ਪਤਾ ਲੱਗਾ ਕਿ ਹੁਣ ਆਪਣਾ ਰਾਜ ਆ ਸਕਦਾ, ਇਸ ਦਿੱਲੀ ਦੀ ਭਾਜਪਾ ਦੇ ਲੀਡਰ ਨੂੰ ਬਦਲ ਕੇ ਰਾਜਸਥਾਨ ਭੇਜਤਾ ਤੇ ਉੱਥੇ ਕਮਾਂਡ ਦੇ ਦਿੱਤੀ ਦਿੱਲੀ ਚ ਡਾਕਟਰ ਹਰਸ਼ਵਰਧਨ ਨੂੰ।
ਇਹ ਬੜਾ ਉਦੋਂ ਔਖਾ ਭਰਿਆ ਹੋਇਆ ਸੀ, ਫਿਰ ਇਹਨੇ ਭਾਣਾ ਮੰਨ ਲਿਆ ਕਿ ਚਲੋ ਜੀ ਮੈਂ ਮੰਨ ਲੈਂਦਾ ਜੇ ਡਾਕਟਰ ਹਰਸ਼ਵਰਧਨ ਚਲਾਉਂਦਾ ਚਲਾ ਲੇ। ਡਾਕਟਰ ਹਰਸ਼ਵਰਧਨ ਇਸ ਗੱਲ ਤੇ ਖੁਸ਼ ਸੀ ਕਿ ਮੈਂ ਮੁੱਖ ਮੰਤਰੀ ਬਣੂਗਾ, ਐਨ ਚੋਣਾਂ ਦੇ ਨੇੜੇ ਆ ਕੇ ਉਹਨੂੰ ਵੀ ਪਾਸੇ ਕਰਤਾ ਤੇ ਉਹਦੀ ਥਾਂ ਤੇ ਕਿਰਨ ਬੇਦੀ ਲੈ ਆਇਆ। ਕਿਰਨ ਬੇਦੀ ਆਪਣੀ ਸੀਟ ਵੀ ਨਾ ਜਿੱਤ ਸਕੀ, ਉਹਦੇ ਉੱਤੇ ਵੀ ਇਹਨਾਂ ਦੀ ਬੇਇੱਜ਼ਤੀ ਹੋਈ ਸੀ। ਹੁਣ ਕਿਉਂਕਿ ਚੋਣਾਂ ਫਿਰ ਆ ਗਈਆਂ ਤੇ ਭਾਜਪਾ ਦੇ ਇਸ ਲੀਡਰ ਨੇ ਮੁੱਦਾ ਚੁੱਕ ਲਿਆ ਕਿ ਤਾਂ ਜੀ ਡਰਾਮੇਬਾਜ਼ੀ ਕਰਦਾ ਕੇਜਰੀਵਾਲ, ਅਸੀਂ ਇਹਨੂੰ ਮੰਨਦੇ ਨੀ। ਉਹ ਅੱਜ ਕਾਰ ਤੇ ਬਾਹਰ ਗਿਆ ਤੇ ਜਾ ਕੇ ਆਪਣਾ ਚਲਾਨ ਕਰਾ ਕੇ ਲਿਆ। ਹੁਣ ਬੀਜੇਪੀ ਦੇ ਤਿੰਨ ਲੀਡਰ ਹੋਰ ਨੇ ਜਿਹੜੇ ਕੇਜਰੀਵਾਲ ਦਾ ਇਸੇ ਤਰ੍ਹਾਂ ਦਾ ਵਿਰੋਧ ਕਰਦੇ ਪਏ ਆ, ਤੇ ਉਹ ਸਿਰਫ ਇਸ ਕਰਕੇ ਕਰਦੇ ਪਏ ਆ ਕਿ ਕੱਲ ਨੂੰ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਣ ਸਕਣ। ਜਿੱਥੋਂ ਤੱਕ ਪ੍ਰਦੂਸ਼ਣ ਦਾ ਸਵਾਲ ਹੈ, ਉਹ ਤਾਂ ਦਿੱਲੀ ਚ ਹੈਗਾ। ਕੇਜਰੀਵਾਲ ਜਿਹੜਾ ਉਹ ਅੱਕੀ ਪਲਾਈ ਹੱਥ ਮਾਰਦਾ, ਕਦੇ ਕਹਿੰਦਾ ਜੀ ਪ੍ਰਦੂਸ਼ਣ ਉਥੋਂ ਪਰਾਲੀ ਸਾੜਨ ਕਰਕੇ ਆਇਆ। ਪੰਜਾਬ ਵਿਚ ਪਰਾਲੀ ਸਾੜੀ ਜਾ ਰਹੀ ਹੈ, ਅਜੇ ਵੀ ਸਾੜੀ ਜਾ ਰਹੀ ਹੈ, ਇਹ ਚ ਕੋਈ ਸ਼ੱਕ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਇਕ ਚਿੱਠੀ ਲਿਖੀ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਦਿੱਲੀ ਵਿਚ ਪ੍ਰਦੂਸ਼ਣ ਹੈ, ਲੋਕ ਤੰਗ ਨੇ, ਤੇ ਮੇਰੇ ਆਪਣੇ ਬੱਚੇ ਵੀ ਤਾਂ ਦਿੱਲੀ ਵਿਚ ਉਹ ਵੀ ਤੰਗ ਨੇ, ਮੈਂ ਸਮਝਦਾ ਉਨ੍ਹਾਂ ਦਾ ਕੋਈ ਹੱਲ ਨਿਕਲਣਾ ਚਾਹੀਦਾ ਇਹਦੇ ਵਿਚ। ਤੁਸੀਂ ਕੱਢੋ, ਦਿੱਲੀ ਵਿਚ ਕੱਲਾ ਪਰਾਲੀ ਦਾ ਪ੍ਰਦੂਸ਼ਣ ਨਹੀਂ ਗਾ, ਉਥੇ ਗੱਡੀਆਂ ਮੋਟਰਾਂ ਦਾ ਵੀ ਆ ਸਾਰਾ ਸਾਲ। ਤੁਸੀਂ ਕੀ ਕਰਦੇ ਆ ਤੇ ਦਿੱਲੀ ਦੀ ਸਰਕਾਰ ਕੀ ਕਰਦੀ ਆ। ਉਹਨੇ ਇਹ ਵੀ ਆਖਿਆ ਕਿ ਜਿਹੜੇ ਦਿੱਲੀ ਚ ਕੰਸਟਰਕਸ਼ਨ ਦੇ ਕੰਮ ਨੇ, ਹਰ ਗਲੀ ਚ ਪੰਜ ਪੰਜ ਸੱਤ ਸੱਤ ਹਰ ਸੜਕ ਉਤੇ ਬਿਲਡਿੰਗਾਂ ਬਣਦੀਆਂ ਪਈਆਂ ਨੇ, ਉਹਦੇ ਨਾਲ ਸਭ ਤੋਂ ਵੱਧ ਪ੍ਰਦੂਸ਼ਣ ਫੈਲ ਰਿਹਾ, ਉਥੇ ਕੂੜੇ ਦੇ ਢੇਰਾਂ ਨਾਲ ਫੈਲ ਰਿਹਾ, ਉਹਦੇ ਬਾਰੇ ਕੋਈ ਧਿਆਨ ਕਿਉਂ ਨਹੀਂ ਦਿੰਦੇ? ਕੈਪਟਨ ਅਮਰਿੰਦਰ ਸਿੰਘ ਨੇ ਖਾਸ ਗੱਲਾਂ ਦੋ ਆਖੀਆਂ। ਇਕ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਤੁਸੀਂ ਪ੍ਰਧਾਨ ਮੰਤਰੀ ਹੋ, ਇਹੋ ਜਿਹੀਆਂ ਗੱਲਾਂ ਚ ਤੁਹਾਨੂੰ ਅਗਵਾਈ ਕਰਨੀ ਚਾਹੀਦੀ ਹੈ, ਪਰ ਤੁਸੀਂ ਕੀਤੀ ਨੀ। ਤੁਹਾਨੂੰ ਚਾਹੀਦਾ ਸੀ ਦੇਸ਼ ਨੂੰ ਸੇਧ ਦਿੰਦੇ ਕਿ ਇਹਨਾਂ ਇਹਨਾਂ ਗੱਲਾਂ ਨਾਲ ਆਪਾਂ ਬਚਾਅ ਕਰ ਸਕਦੇ, ਤੁਸੀਂ ਕੁਛ ਨੀ ਕੀਤਾ। ਦੂਸਰੀ ਗੱਲ ਉਹਨੇ ਆਖੀ ਕਿ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਆਖਿਆ ਸੀ ਕਿ ਜੇ ਪਰਾਲੀ ਸਾੜਨ ਤੋਂ ਰੋਕਣੀ ਆ ਮੈਂ ਵੀ ਚੋਣਾਂ ਰੋਕੀਏ, ਤੇ ਕਿਸਾਨਾਂ ਨੂੰ 100 ਰੁਪਏ ਦੇ ਹਿਸਾਬ ਨਾਲ ਬੋਨਸ ਦੇ ਦਿੰਦੇ, ਉਹ ਪੈਸੇ ਵਰਤ ਕੇ ਤੇ ਆਪਣੀ ਪਰਾਲੀ ਸਾਂਭ ਲੈਂਦੇ ਸਾੜਦੇ ਨਾ, ਤੁਸੀਂ ਕਿਸੇ ਨੇ ਕੁਛ ਨੀ ਕੀਤਾ। ਉਹਦੇ ਚ ਇਕ ਲਫ਼ਜ਼ ਉਹਨੇ ਵਰਤਿਆ ਕਿ ਪੰਜਾਬ ਦੇ ਵਿਚ ਤੁਸੀਂ ਆਖਿਆ ਕਿਸਾਨਾਂ ਦੇ ਚਲਾਨ ਕਰੋ ਜਿਹੜੇ ਪਰਾਲੀ ਸਾੜਦੇ ਆ, ਤੇ ਮੇਰੀ ਸਰਕਾਰ ਨੇ 2,500 ਤੋਂ ਵੱਧ ਚਲਾਨ ਕਰ ਦਿੱਤੇ ਆ, ਮੈਂ ਚਲਾਨ ਕਰਕੇ ਖੁਸ਼ ਨਹੀਂ ਕਿਉਂਕਿ ਇਹ ਚਲਾਨ ਉਹਨਾਂ ਲੋਕਾਂ ਦੇ ਹੋ ਰਹੇ ਆ ਜਿਹੜੇ ਇਸ ਨਾ ਸ਼ੁਕਰੇ ਦੇਸ਼ ਦੇ ਵਿਚ ਜ਼ਿੰਦਗੀ ਗੁਜ਼ਾਰ ਰਹੇ ਆ। ਨਾ ਸ਼ੁਕਰੇ ਦਾ ਮਤਲਬ ਕੀ ਕਿ ਸਾਰੀ ਮਿਹਨਤ ਕਰਕੇ ਦੇਸ਼ ਦਾ ਇਹ ਢਿੱਡ ਭਰਦੇ ਆ, ਤੇ ਦੇਸ਼ ਇਹੋ ਜਿਹਾ ਉਹ ਥੈਂਕਲੈਸ ਆ ਕਿ ਉਹ ਇਹਨਾਂ ਦਾ ਕੋਈ ਧੰਨਵਾਦ ਕਰਨ ਦੀ ਥਾਂ ਉਲਟੇ ਇਹਨਾਂ ਤੇ ਜੁਰਮਾਨੇ ਕਰ ਰਿਹਾ। ਆਹ ਜਿਹੜਾ ਮੁੱਦਾ ਉਹਨੇ ਉਠਾਇਆ, ਇਹ ਮੁੱਦਾ ਕੱਲ ਨੂੰ ਬਹੁਤ ਵੱਡੀ ਚਰਚਾ ਦਾ ਵਿਸ਼ਾ ਵੀ ਬਣ ਸਕਦਾ। ਜੀ ਅਪਨ ਸਾਹਿਬ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵਿਦੇਸ਼ ਮੰਤਰਾਲੇ ਤੋਂ ਹੁਣ ਆਗਿਆ ਮੰਗਣੀ ਪੈ ਰਹੀ ਹੈ, ਕਹਿੰਦੇ ਪਾਕਿਸਤਾਨ ਜਾਣਾ। ਇਕ ਤਾਂ ਇਹ ਥੋੜਾ ਜਿਹਾ ਚਾਨਣਾ ਪਾਇਓ ਕਿ ਹੁਣ ਪਾਕਿਸਤਾਨ ਜਾਣ ਦੇ ਵਾਸਤੇ ਇਹ ਰੂਲ ਹੁਣੇ ਬਣਿਆ ਕਿ ਭਾਰਤ ਦਾ ਜਿਹੜਾ ਕੇਂਦਰੀ ਭਾਰਤ ਆ ਜਾਂ ਕੇਂਦਰ ਸਰਕਾਰ ਆ ਉਸ ਤੋਂ ਜਾਂ ਵਿਦੇਸ਼ ਮੰਤਰਾਲੇ ਤੋਂ ਆਗਿਆ ਲੈਣੀ ਲਾਜ਼ਮੀ ਕਰ ਦਿੱਤੀ ਗਈ ਹੈ। ਔਰ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਵੀ ਥੋੜਾ ਦੱਸਿਓ ਜੀ ਕਿ ਕਿਵੇਂ ਆ ਸਥਿਤੀ ਹੁਣ। ਜਿਹੜੇ ਚੁਣੇ ਹੋਏ ਲੋਕ ਹੈ ਇਨ੍ਹਾਂ ਵਾਸਤੇ ਪਹਿਲਾਂ ਵੀ ਹੈਗਾ ਕਿ ਜੇ ਬਾਹਰ ਜਾਣਾ ਹੋਵੇ ਤੇ ਇਨ੍ਹਾਂ ਨੂੰ ਪੋਲੀਟੀਕਲ ਕਲੀਅਰੈਂਸ ਲੈਣੀ ਪੈਂਦੀ ਹੈ। ਕੁਝ ਮਾਮਲਿਆਂ ਚ ਬਹੁਤ ਸੌਖੀ ਮਿਲ ਜਾਂਦੀ ਹੈ, ਕੁਝ ਦੇ ਵਿਚ ਉਪਰ ਤੱਕ ਜਾ ਕੇ ਮੁੜ ਮੁੜ ਪਹੁੰਚ ਕਰਨੀ ਪੈਂਦੀ ਹੈ। ਆ ਪਿਛਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਕਿ ਮੈਂ ਆਪਣੇ ਇੰਨੇ ਮੰਤਰੀ 5-6 ਨਾਲ ਲਿਖ ਕੇ ਜਾਣਾ, 2 ਪਾਰਲੀਮੈਂਟ ਮੈਂਬਰ, ਵਿਰੋਧੀ ਧਿਰ ਦਾ ਲੀਡਰ ਹਰਪਾਲ ਸਿੰਘ ਚੀਮਾ, ਅਕਾਲੀ ਦਲ ਦਾ ਲੀਡਰ ਪਰਮਿੰਦਰ ਸਿੰਘ ਢੀਂਡਸਾ, ਇਨ੍ਹਾਂ ਸਾਰਿਆਂ ਨੂੰ ਲੈ ਕੇ ਤੇ ਮੈਂ ਤਾਂ ਜੀ ਉੱਥੇ ਜਾਣਾ। ਉਨ੍ਹਾਂ ਨੇ ਆਪਣੇ ਪਾਸਪੋਰਟ ਵਗੈਰਾ ਭੇਜ ਦਿੱਤੇ। ਪੋਲੀਟੀਕਲ ਕਲੀਅਰੈਂਸ ਦਿੰਦਿਆਂ ਭਾਜਪਾ ਦੀ ਕੇਂਦਰ ਸਰਕਾਰ ਨੇ ਇੰਨਾ ਲੇਟ ਕਰ ਦਿੱਤਾ ਕਿ ਦਿਨ 2 ਰਹਿ ਗਏ। ਫਿਰ ਇਨ੍ਹਾਂ ਨੇ ਜਦੋਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਚਿੱਠੀ ਮਿਲ ਗਈ ਤੇ ਉਨ੍ਹਾਂ ਤੋਂ ਪੁੱਛਣਾ ਸ਼ੁਰੂ ਕੀਤਾ, ਉਨ੍ਹਾਂ ਵੀ 2-3 ਦਿਨ ਲੇਟ ਕਰਤਾ। ਇਨ੍ਹਾਂ ਫਿਰ ਆਖਿਆ ਹੁਣ ਤੇ ਜਾਣ ਦਾ ਫਾਇਦਾ ਕੋਈ ਨੀ, ਅਸੀਂ ਜਾ ਕੇ ਖੰਡ ਪਾਠ ਰਖਾਉਣਾ ਸੀ ਤੇ ਖੰਡ ਪਾਠ ਤਾਂ ਰੱਖਿਆ ਗਿਆ, ਹੁਣ ਫਿਰ ਅਰਦਾਸ ਵੀ ਆਪੇ ਹੋ ਜਾਏਗੀ, ਅਸੀਂ ਨਹੀਂ ਜਾਂਦੇ। ਇਸ ਤਰ੍ਹਾਂ ਦਾ ਇਨ੍ਹਾਂ ਨਾਲ ਵੀ ਹੋਈ ਹੈ। ਜਿਹੜਾ ਨਵਜੋਤ ਸਿੰਘ ਸਿੱਧੂ ਹੈ ਇਹਨੂੰ ਵੀ ਪੋਲੀਟੀਕਲ ਕਲੀਅਰੈਂਸ ਲੈਣੀ ਪੈਣੀ। ਪਿਛਲੀ ਵਾਰੀ ਜਦੋਂ ਗਿਆ 2 ਵਾਰੀਆਂ ਚ, ਪਹਿਲਾਂ ਤਾਂ ਇਮਰਾਨ ਖਾਨ ਦੇ ਸਹੁੰ ਚੁੱਕਣ ਵੇਲੇ, ਫਿਰ ਦੂਸਰੀ ਵਾਰੀ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣਾ ਸੀ ਉਦੋਂ ਬੀਬੀ ਹਰਸਿਮਰਤ ਕੌਰ ਬਾਦਲ ਵੀ ਗਈ ਸੀ, ਗੋਬਿੰਦ ਸਿੰਘ ਲੌਂਗੋਵਾਲ ਵੀ ਗਿਆ ਸੀ, ਇਹ ਵੀ ਗਿਆ ਸੀ, ਸਾਰੇ ਇਕੱਠੇ ਗਏ ਸੀਗੇ, ਅੱਡੋ ਅੱਡ ਗਏ ਪਰ ਗਏ ਸੀ ਇਕੱਠੇ ਇਕੋ ਪ੍ਰੋਗਰਾਮ ਚ। ਉਥੇ ਜਦੋਂ ਗਿਆ ਉਦੋਂ ਵੀ ਇਹਨੂੰ ਪੋਲੀਟੀਕਲ ਕਲੀਅਰੈਂਸ ਮਿਲ ਗਈ ਸੀ। ਇਸ ਵਾਰੀ ਅਜੇ ਤੱਕ ਪਤਾ ਨੀ ਇਹਨੂੰ ਪੋਲੀਟੀਕਲ ਕਲੀਅਰੈਂਸ ਮਿਲੀ ਕਿ ਨਹੀਂ ਮਿਲੀ। ਜਦੋਂ ਇਹਨੂੰ ਸੱਦਾ ਆਇਆ ਇਹਨੇ ਉਸੇ ਵੇਲੇ ਚਿੱਠੀ ਭੇਜ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਨੂੰ ਵੀ ਐਸ ਜੈਸ਼ੰਕਰ ਨੂੰ ਕਿ ਮੈਨੂੰ ਤੁਸੀਂ ਪੋਲੀਟੀਕਲ ਕਲੀਅਰੈਂਸ ਦੇ ਦਿਓ ਜੀ, ਮੈਂ ਉੱਥੇ ਜਾਣਾ।
ਅਜੇ ਤੱਕ ਉਹ ਕਲੀਅਰੈਂਸ ਮਿਲੀ ਆ ਕਿ ਨਹੀਂ ਮਿਲੀ ਇਹਦਾ ਸਾਨੂੰ ਪਤਾ ਨਹੀਂ, ਪਰ ਉਦਾਂ ਸਾਰੀ ਦੁਨੀਆਂ ਚ ਚਰਚਾ ਦਾ ਵਿਸ਼ਾ ਇਹ ਆ ਕਿ ਜਦੋਂ ਵੀ ਕਿਤੇ ਗੱਲ ਚੱਲੇਗੀ ਕਰਤਾਰਪੁਰ ਲਾਂਘਾ ਖੁੱਲਾ ਸੀ ਤੇ ਸਭ ਤੋਂ ਪਹਿਲਾਂ ਜ਼ਿਕਰ ਨਵਜੋਤ ਸਿੱਧੂ ਦਾ ਆਇਆ ਕਰੇਗਾ ਕਿ ਇਹ ਉੱਥੇ ਗਿਆ ਤੇ ਉਥੋਂ ਦੀ ਸਰਕਾਰ ਨੇ ਕਹਿਤਾ ਸਿੱਧੂ ਸਾਹਿਬ ਅਸੀਂ ਤੁਹਾਡਾ ਲਾਂਘਾ ਖੋਲ ਦੇਣ ਲੱਗੇ ਆ। ਦੂਜਾ ਜ਼ਿਕਰ ਆਇਆ ਕਰੇਗਾ ਇਸ ਲਾਂਘੇ ਵਾਸਤੇ ਕਈ ਸਾਲਾਂ ਤੱਕ ਜਥੇਦਾਰ ਕੁਲਦੀਪ ਸਿੰਘ ਵਡਾਲਾ ਉੱਥੇ ਜਾ ਕੇ ਡੇਰਾ ਬਾਬਾ ਨਾਨਕ ਅਰਦਾਸਾਂ ਕਰਦਾ ਰਿਹਾ ਸੀ। ਤੀਸਰਾ ਕਿਹਦਾ ਨਾਂ ਆਉਂਦਾ ਕਿਹਦਾ ਨਹੀਂ ਆਉਂਦਾ, ਪੰਜਾਬ ਦੇ ਮੁੱਖ ਮੰਤਰੀ ਦਾ ਕੈਪਟਨ ਅਮਰਿੰਦਰ ਸਿੰਘ ਦਾ ਵੀ ਆਊਗਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਆਵੇਗਾ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਵੀ ਆਵੇਗਾ ਜਿਹੜਾ ਬਾਰਡਰ ਤੇ ਦੋ ਵਾਰੀ ਹੋ ਆਇਆ, ਇੱਦਾਂ ਕਈਆਂ ਦੇ ਨਾਂ ਆਉਣਗੇ, ਪਰ ਸਭ ਤੋਂ ਪਹਿਲਾਂ ਨਾਂ ਨਵਜੋਤ ਸਿੰਘ ਸਿੱਧੂ ਦਾ ਰਹੇਗਾ। ਨਵਜੋਤ ਸਿੰਘ ਸਿੱਧੂ ਬਾਰੇ ਇਸ ਵੇਲੇ ਦੁਨੀਆਂ ਭਰ ਦੇ ਸਿੱਖਾਂ ਤੇ ਪੰਜਾਬੀਆਂ ਚ ਚਰਚਾ ਵੀ ਹੈ। ਮੈਂ ਨਹੀਂ ਸਮਝਦਾ ਕਿ ਉਹਦੇ ਵਿਚ ਕੁਝ ਗਲਤ ਹੈ, ਕੁਛ ਲੋਕ ਉਹਦੇ ਵੱਲ ਜ਼ਿਆਦਾ ਉਲਾਰ ਨੇ, ਕੁਛ ਲੋਕ ਉਹਦੇ ਜ਼ਿਆਦਾ ਖਿਲਾਫ ਨੇ, ਦੋਵੇਂ ਤਰ੍ਹਾਂ ਦੇ ਨੇ, ਪਰ ਹਕੀਕਤ ਇਹੋ ਹੀ ਹੈ ਕਿ ਉਹ ਇੱਕ ਬੜੇ ਔਖੇ ਹਾਲਾਤ ਚੋਂ ਲੰਘ ਰਿਹਾ, ਆਪਣੀ ਗੱਲ ਦੇ ਉੱਤੇ ਬੰਦਾ ਅਜੇ ਵੀ ਖੜਾ, ਕਿਸੇ ਅੱਗੇ ਲਿਖਦਾ ਉਹ ਹੈ ਨਹੀਂ। ਹੁਣ ਜਿਹੜੀ ਚਿੱਠੀ ਉਹਨੇ ਭੇਜੀ ਹੈ, ਜੇ ਪੋਲੀਟੀਕਲ ਕਲੀਅਰੈਂਸ ਦੇ ਦੇਣਗੇ ਤਾਂ ਠੀਕ ਹੈ, ਨਹੀਂ ਤੇ ਰੁਕ ਜਾਏਗਾ। ਆ ਪਿਛਲੇ ਹਫ਼ਤੇ ਜਿਹੜਾ ਦਿੱਲੀ ਤੋਂ ਨਗਰ ਕੀਰਤਨ ਲੈ ਕੇ ਜਾਣਾ ਸੀ ਪਰਮਜੀਤ ਸਿੰਘ ਸਰਨੇ ਹੋਰਾਂ ਨੇ, ਐਨ ਵਾਘੇ ਬਾਰਡਰ ਤੇ ਜਾ ਕੇ ਸਾਰਾ ਨਗਰ ਕੀਰਤਨ ਲੰਘਾ ਤਾ, ਜਿਹੜਾ ਜਥੇ ਦਾ ਲੀਡਰ ਸੀ ਪਰਮਜੀਤ ਸਿੰਘ ਸਰਨਾ, ਉਹਨੂੰ ਇਹ ਕਹਿ ਕੇ ਰੋਕ ਲਿਆ ਕਿ ਤੇਰੇ ਖਿਲਾਫ 2012 ਦਾ ਇੱਕ ਪੁਰਾਣਾ ਕੇਸ ਪੈਂਡਿੰਗ ਹੈ। ਜੇ ਕੇਸ ਪੈਂਡਿੰਗ ਸੀ, ਹੁਣ ਤੱਕ 40 ਵਾਰ ਉਹ ਬਾਹਰਲੇ ਦੇਸ਼ਾਂ ਚ ਡੁਬਈ ਵੀ ਇੰਗਲੈਂਡ ਵੀ ਪਤਾ ਨੀ ਕਿੱਥੇ ਕਿੱਥੇ ਚੱਕਰ ਮਾਰਦਾ ਰਿਹਾ, ਉਹਦੇ ਕਿਸੇ ਰੋਕਿਆ ਨੀ। ਅਜੇ ਪਿਛਲੇ ਮਹੀਨੇ ਅਕਤੂਬਰ ਦੇ ਵਿਚ ਉਹ ਪਾਕਿਸਤਾਨ ਤੋਂ ਗਿਆ, ਉਦੋਂ ਰੋਕਿਆ ਨੀ, ਸਿਰਫ ਇਸ ਵਾਰੀ ਰੋਕਿਆ ਗਿਆ ਕਿ ਤੂੰ ਪਹਿਲਾਂ ਅਦਾਲਤ ਤੋਂ ਕਲੀਅਰੈਂਸ ਲੈ ਕੇ ਆ। ਉਹਨੇ ਜਾ ਕੇ ਸੁਪਰੀਮ ਕੋਰਟ ਚ ਅਰਜੀ ਦਿੱਤੀ, ਅੱਜ ਉਹਨੂੰ ਉਥੋਂ ਪਰਮਿਸ਼ਨ ਮਿਲ ਗਈ ਆ, ਭਰ ਕੇ ਚੱਲ ਜੂਗਾ। ਸੋ ਸਰਕਾਰਾਂ ਏਦਾਂ ਵੀ ਕਰਦੀਆਂ ਹੁੰਦੀਆਂ, ਪਤਾ ਨੀ ਸਿੱਧੂ ਦੇ ਮਾਮਲੇ ਚ ਕੀ ਹੋਵੇਗਾ। ਜੀ, ਜਿਹੜਾ ਸਰਨੇ ਵਾਲਾ ਮਾਮਲਾ ਸੀ ਪੰਨੂ ਸਾਹਿਬ, ਇਹਦੇ ਚ ਉਹ ਕਾਨੂੰਨੀ ਕਾਰਵਾਈ ਵੀ ਕਰ ਸਕਦੇ ਸੀਗੇ, ਕਿਉਂਕਿ ਥੋੜੇ ਦਿਨ ਪਹਿਲਾਂ ਤੋਂ ਜਾ ਕੇ ਆਏ ਸੀ ਉੱਥੇ, ਹਾਈਕੋਰਟ ਤੋਂ ਕੋਈ ਲੈ ਸਕਦੇ ਸੀ ਮਨਜ਼ੂਰੀ ਜਾਂ ਨਹੀਂ ਹੁੰਦਾ ਇੱਥੇ ਇਮੀਗ੍ਰੇਸ਼ਨ? ਜੇ ਪਹਿਲਾਂ ਪਤਾ ਹੁੰਦਾ ਫਿਰ ਤਾਂ ਮਨਜ਼ੂਰੀ ਲੈ ਲੈਂਦੇ, ਪਹਿਲਾਂ ਪਤਾ ਹੀ ਨਹੀਂ ਸੀ ਇਸ ਕਰਕੇ ਮਨਜ਼ੂਰੀ ਲਈ ਨੀ। ਹੁਣ ਤੇ ਇੰਨੀ ਵਾਰ ਮੈਂ ਚਲਾ ਗਿਆ, ਕੋਈ ਮਾਮਲਾ ਹੀ ਨੀ ਗਾ। ਆਮ ਤੌਰ ਤੇ ਇਹ ਸਮਝਿਆ ਜਾਂਦਾ ਕਿ ਅਦਾਲਤ ਤੋਂ ਜ਼ਮਾਨਤ ਲੈ ਲਈ ਹੈ ਤੇ ਅਸੀਂ ਵਿਦੇਸ਼ ਜਾਈਏ ਜਿੱਥੇ ਮਰਜ਼ੀ ਜਾਈਏ, ਕਿਹੜੀ ਗੱਲ ਹੈ। ਪਰ ਕਾਨੂੰਨੀ ਪੋਜੀਸ਼ਨ ਇਹੋ ਹੈ ਕਿ ਜਿੱਥੇ ਜ਼ਮਾਨਤ ਲਈ ਹੋਵੇ ਉੱਥੇ ਫੇਰ ਵੀ ਜੇ ਵਿਦੇਸ਼ ਜਾਣਾ ਤੇ ਜਾਣ ਤੋਂ ਪਹਿਲਾਂ ਸਬੰਧਤ ਕੇਸ ਦੇ ਵਿੱਚ ਸਬੰਧਤ ਅਦਾਲਤ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਮੈਨੂੰ ਪਤਾ, ਮੈਂ ਵੀ ਲੈ ਚੁੱਕਾ ਇਸ ਤਰ੍ਹਾਂ ਦੀ ਪਰਮਿਸ਼ਨ। ਮੇਰੇ ਖਿਲਾਫ਼ ਵੀ ਕੇਸ ਕਿਸੇ ਨੇ ਕਰ ਦਿੱਤਾ ਸੀ, ਉਹ ਕੇਸ ਬਾਅਦ ਚ ਖਾਰਜ ਹੋ ਗਿਆ, ਪਰ ਕੇਸ ਚੱਲਦੇ ਦੌਰਾਨ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੈਂ ਗਿਆ ਤੇ ਕੱਲ ਨੂੰ ਕੋਈ ਰੇੜਕਾ ਪੈ ਸਕਦਾ, ਕਿਸੇ ਨੇ ਸ਼ਿਕਾਇਤ ਕਰਤੀ ਤੇ ਮੁਸ਼ਕਿਲ ਆਵੇਗੀ। ਜਦੋਂ ਮੈਂ ਗਿਆ, ਜਾਣ ਲੱਗਾ, ਪਰਮਿਸ਼ਨ ਲੈ ਕੇ ਗਿਆ ਸਾਂ, ਸਾਰੇ ਕਾਗਜ਼ ਨਾਲ ਲੈ ਕੇ ਗਿਆ ਸਾਂ, ਆ ਕੇ ਫਿਰ ਅਦਾਲਤ ਨੂੰ ਦੱਸਤਾ ਸੀ ਕਿ ਮੈਂ ਜਾ ਆਇਆ। ਹਾਲਾਂਕਿ ਅਦਾਲਤ ਨੇ ਮੈਨੂੰ ਇਹ ਨਹੀਂ ਸੀ ਆਖਿਆ ਕਿ ਪਾਸਪੋਰਟ ਸਰੈਂਡਰ ਕਰ, ਪਰ ਮੈਂ ਆਪਣੇ ਤੌਰ ਤੇ ਹੀ ਲੈ ਕੇ ਗਿਆ ਸਾਂ, ਮੈਨੂੰ ਇਸ ਗੱਲ ਦਾ ਪਤਾ ਸੀ। ਹੁਣ ਇਹਨਾਂ ਨੂੰ ਵੀ ਇਹ ਪਤਾ ਹੈ, ਇਹਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਕੇਸ ਚੱਲਦਾ, ਕਿਸੇ ਅਦਾਲਤ ਨੇ ਇਹਨੂੰ ਬਾਹਰ ਜਾਣ ਤੋਂ ਰੋਕਿਆ ਨਹੀਂ। ਇਹਦੇ ਬਾਵਜੂਦ ਜਿੰਨੀ ਵਾਰ ਇਹਨੇ ਬਾਹਰ ਜਾਣਾ ਹੋਵੇ, ਜਾਣ ਤੋਂ ਪਹਿਲਾਂ ਇਹ ਆਪਣੇ ਵਾਸਤੇ ਪਰਮਿਸ਼ਨ ਅਪਲਾਈ ਕਰਦਾ, ਅਪਲਾਈ ਕਰਕੇ ਲੈ ਕੇ ਜਾਂਦਾ, ਆ ਕੇ ਫਿਰ ਅਦਾਲਤ ਵਿਚ ਦੱਸਦਾ। ਇੱਦਾਂ ਕਈ ਲੋਕ ਦੱਸਦੇ ਆ, ਕਈ ਨਹੀਂ ਦੱਸਦੇ। ਅੱਗੋਂ ਇਮੀਗ੍ਰੇਸ਼ਨ ਵਾਲੇ ਵੀ ਜੇ ਲੰਘਣ ਲੱਗੇ ਤੇ ਹਾਥੀ ਲੰਘ ਜਾਂਦਾ, ਰੋਕਣ ਲੱਗਣ ਤੇ ਪੁਲਿਸ ਨੂੰ ਫੜ ਕੇ ਤਾਲਾ ਲਾ ਦਿੰਦੇ। ਇਹ ਪਰਮਜੀਤ ਸਿੰਘ ਸਰਨਾ ਇੰਨੀ ਵਾਰੀ ਗਿਆ, 2012 ਤੋਂ ਲੈ ਕੇ ਇਹਨਾਂ 7 ਸਾਲਾਂ ਚ ਪਤਾ ਹੀ ਨਹੀਂ ਉਹਨੇ ਕਿੰਨੇ ਗੇੜੇ ਲਾਏ ਆ। ਬੱਚਿਆਂ ਦੇ ਵਿਆਹਾਂ ਦੇ ਉੱਤੇ ਵੀ ਬਾਹਰ ਜਾਂਦੇ ਰਹੇ ਉਹ, ਜਿਹੜਾ ਇੱਦਾਂ ਦੇ ਕਈ ਸਮਾਗਮ ਕਾਰੋਬਾਰੀ ਕੰਮਾਂ ਵਾਸਤੇ ਵੀ ਡੁਬਈ ਜਾਂਦੇ ਰਹੇ, ਕਦੇ ਵੀ ਕਿਸੇ ਨੇ ਰੋਕਿਆ ਨਹੀਂ ਸੀ। ਇਸ ਵਾਰੀ ਕਿਉਂਕਿ ਦਿੱਲੀ ਤੋਂ ਨਗਰ ਕੀਰਤਨ ਦਾ ਪਾਕਿਸਤਾਨ ਜਾਣਾ ਸੀ, ਉਹਦੇ ਸਵਾਲ ਦੇ ਉੱਤੇ ਕੁਛ ਮਤਭੇਦ ਸਨ ਉਹਦੇ ਬਾਦਲ ਅਕਾਲੀ ਦਲ ਨਾਲ, ਉਹਦਾ ਕਰਕੇ ਕੁਛ ਲੋਕਾਂ ਦਾ ਖਿਆਲ ਹੈ ਕਿ ਬਾਦਲ ਅਕਾਲੀ ਦਲ ਵਾਲਿਆਂ ਨੇ, ਕਿਉਂਕਿ ਉਹ ਵੀ ਨਗਰ ਕੀਰਤਨ ਲਿਜਾਣਾ ਚਾਹੁੰਦੇ ਸੀ ਤੇ ਉਹਦੀ ਪਰਮਿਸ਼ਨ ਨਹੀਂ ਸੀ ਮਿਲੀ, ਉਹਨਾਂ ਨੇ ਸੋਚਿਆ ਅਸੀਂ ਨਹੀਂ ਜਾ ਸਕਦੇ ਤੇ ਇਹਨੂੰ ਵੀ ਨਾ ਜਾਣ ਦਈਏ। ਉਹਦੇ ਚ ਕਹਿੰਦੇ ਆ ਕਿ ਕੋਈ ਸ਼ਿਕਾਇਤ ਹੋਈ ਸੀ ਤੇ ਉਹਨੂੰ ਰੋਕਿਆ ਗਿਆ, ਪਰ ਅੱਜ ਉਹਨੂੰ ਪਰਮਿਸ਼ਨ ਮਿਲ ਗਈ, ਉਹ ਵੀ ਚੱਲ ਜਾਏਗਾ। ਬੰਦ ਸਾਹਿਬ, ਦਿੱਲੀ ਦੀ ਕੋਰਟ ਦੇ ਵਿਚ ਵਕੀਲ ਤੇ ਪੁਲਿਸ ਵਾਲੇ ਖੇਬੜੇ ਆ ਜੀ ਕੱਲ, ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨਾ, ਤੂੰ ਖੇਬੜਨਾ ਨੀ ਚਾਹੀਦਾ। ਇਹਨਾਂ ਸਾਰਿਆਂ ਲੋਕਾਂ ਨੂੰ ਥੋੜਾ ਬਹੁਤ ਸਿਆਣੇ ਹੋਣ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਕਿ ਉੱਥੇ ਦਿੱਲੀ ਦੇ ਕੋਰਟ ਕੰਪਲੈਕਸ ਦੇ ਵਿਚ ਕੋਈ ਪ੍ਰਬੰਧਕੀ ਢਾਂਚਾ ਹੋਵੇਗਾ ਜਿਹੜਾ ਤੈਅ ਕਰੇ ਕਿ ਇੱਥੇ ਗੱਡੀਆਂ ਪਾਰਕ ਹੋਣੀਆਂ ਤੇ ਇੱਥੇ ਨਹੀਂ ਹੋਣੀਆਂ। ਜਿੱਥੇ ਜੁਡੀਸ਼ੀਅਲ ਲਾਕਅਪ
ਉੱਥੇ ਇੱਕ ਵਕੀਲ ਨੇ ਗੱਡੀ ਪਾਰਕ ਕੀਤੀ, ਪੁਲਿਸ ਵਾਲਾ ਕਿਹਾ ਤੁਸੀਂ ਕਰ ਨੀ ਸਕਦਾ, ਤੁਸੀਂ ਕੌਣ ਰੋਕਣ ਵਾਲੇ, ਇਹ ਤਾਂ ਤੂੰ ਤੂੰ ਮੈਂ ਮੈਂ। ਉਹ ਫੜ ਕੇ ਵਕੀਲ ਨੂੰ ਤੂੰ ਕੇ ਅੰਦਰ ਲੈ ਗਏ, ਬਾਕੀ ਵਕੀਲ ਆਏ, ਭੰਨ ਤੋੜ ਸ਼ੁਰੂ ਹੋ ਗਈ। ਇਹ ਸਾਰਾ ਕੁਝ ਠੀਕ ਨਹੀਂ ਹੋਇਆ। ਅੱਗੇ ਵੀ ਕਈ ਵਾਰ ਇਹ ਗੱਲ ਹੋ ਚੁੱਕੀ ਹੈ ਕਿ ਜਦੋਂ ਏਦਾਂ ਦੀ ਘਟਨਾ ਵਾਪਰ ਜਾਂਦੀ ਹੈ, ਪੁਲਿਸ ਵੀ ਆ ਜਾਂਦੀ ਹੈ, ਉਸ ਤੋਂ ਬਾਅਦ ਦੋਵਾਂ ਧਿਰਾਂ ਨੂੰ ਇੱਕ ਵਾਰੀ ਠੰਡ ਠੰਡੋਲਾ ਕਰਨਾ ਚਾਹੀਦਾ, ਕਾਨੂੰਨੀ ਤਰੀਕੇ ਨਾਲ ਹੀ ਸਾਰੀ ਘਟਨਾ ਨੂੰ ਨਿਪਟਾਉਣਾ ਚਾਹੀਦਾ। ਵਕੀਲਾਂ ਨੇ ਵੀ ਪੁਲਿਸ ਕੁੱਟੀ, ਗੱਡੀਆਂ ਸਾੜੀਆਂ, ਪੁਲਿਸ ਵਾਲਿਆਂ ਵੀ ਜ਼ਿਆਦਤੀ ਕੀਤੀ, ਹੁਣ ਜੁਡੀਸ਼ਲ ਇਨਕੁਆਇਰੀ ਵੀ ਸ਼ੁਰੂ ਹੋ ਗਈ ਆ। ਇੱਥੇ ਕਿਸੇ ਨੇ ਕੋਈ ਚੋਰ ਫੜਿਆ ਹੋਵੇ, ਫੜ ਕੇ ਉਹਨੂੰ ਕੁੱਟ ਦੇਣ, ਉਹਦੇ ਉੱਤੇ ਫਿਰ ਕੇਸ ਚੋਰ ਦੇ ਉੱਤੇ ਵੀ ਬਣਦਾ ਕਿ ਉਹਨੇ ਚੋਰੀ ਕੀਤੀ ਹੈ, ਪਰ ਜਿਨ੍ਹਾਂ ਕੁੱਟਿਆ ਹੋਵੇ ਉਹਨਾਂ ਤੇ ਵੀ ਬਣਦਾ ਕਿ ਜਦੋਂ ਤੁਸੀਂ ਫੜ ਹੀ ਲਿਆ, ਤੁਸੀਂ ਕਾਨੂੰਨ ਆਪਣੇ ਹੱਥ ਕਿਉਂ ਲਿਆ, ਤੁਹਾਨੂੰ ਕਿਹਨੇ ਹੱਕ ਦਿੱਤਾ ਸੀ ਕਿ ਤੁਸੀਂ ਉਸ ਬੰਦੇ ਨੂੰ ਕੁੱਟਿਆ ਮਾਰਿਆ। ਇਸੇ ਤਰ੍ਹਾਂ ਵਕੀਲਾਂ ਦੇ ਮਾਮਲੇ ਵਿਚ ਵੀ ਹੈ ਕਿ ਜਦੋਂ ਸਾਰਾ ਕੁਛ ਹੋ ਜਾਏ, ਪਿੱਛੇ ਜੀ ਇੱਕ ਏਦਾਂ ਦਾ ਕੇਸ ਆਇਆ ਸੀ ਕਚਹਿਰੀਆਂ ਦੇ ਵਿਚ, ਇੱਕ ਥਾਂ ਤੇ ਇੱਕ ਮੁੰਡਾ ਫੜਿਆ ਗਿਆ, ਉਹਨੂੰ ਫੜ ਕੇ ਰੋਕਣਾ ਬੰਨ ਕੇ ਕੁੱਟ ਦੇ ਵਕੀਲ ਫੋਟੋ ਆਈਆਂ ਸੀ। ਹੁਣ ਵੀ ਵਕੀਲਾਂ ਨੂੰ ਕਾਨੂੰਨ ਆਪਣੇ ਹੱਥ ਇਸ ਹੱਦ ਤੱਕ ਨਹੀਂ ਸੀ ਲੈਣਾ ਚਾਹੀਦਾ, ਇਹ ਕਰਦੇ ਪ੍ਰੋਟੈਸਟ, ਇਹ ਕਰਦੇ ਹੜਤਾਲ, ਹੜਤਾਲ ਕਰਕੇ ਕਹਿੰਦੇ ਜਿਹਨਾਂ ਪੁਲਿਸ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰੋ, ਉਹ ਠੀਕ ਸੀ, ਪਰ ਸਾੜ ਫੂਕ ਵਾਲੇ ਪਾਸੇ ਤੁਰ ਪੋ, ਇੱਕ ਬਹੁਤਾ ਚੰਗਾ ਪ੍ਰਭਾਵ ਨਹੀਂ ਛੱਡਦਾ। ਵਕੀਲਾਂ ਨੂੰ ਇਸ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ। ਫਿਰ ਮੈਂ ਇਹ ਆਖੂਗਾ ਕਿ ਜੋ ਕੁਛ ਹੋਇਆ ਉਹ ਚ ਮੁੱਢਲੇ ਕਸੂਰਵਾਰ ਤਾਂ ਪੁਲਿਸ ਵਾਲੇ ਲੱਗਦੇ ਆ, ਪਰ ਪੁਲਿਸ ਵਾਲਿਆਂ ਦੇ ਲੱਗਦਿਆਂ ਵੀ ਇਹ ਹੈ ਕਿ ਜੇ ਉੱਥੇ ਕੋਰਟ ਕੰਪਲੈਕਸ ਦੇ ਵਿਚ ਮੈਨੇਜਮੈਂਟ ਨੇ ਕੋਈ ਤਰ੍ਹਾਂ ਦਾ ਪ੍ਰਬੰਧ ਕੀਤਾ ਹੁੰਦਾ ਕਿ ਕਿਹੜੀ ਗੱਡੀ ਕਿੱਥੇ ਲੱਗਣੀ ਹੈ ਕਿੱਥੇ ਨਹੀਂ ਲੱਗਣੀ, ਤੇ ਨੌਬਤ ਆਉਣੀ ਨਹੀਂ ਸੀ। ਨੁਕਸ ਸਿਸਟਮ ਦਾ ਵੀ ਹੈ, ਪੁਲਿਸ ਵਾਲਿਆਂ ਦੇ ਸਿਰ ਨੂੰ ਵੀ ਪੁਲਿਸੀ ਆਪਣਾ ਚੜਿਆ ਹੁੰਦਾ, ਉਹ ਵੀ ਹਟਦੇ ਨੀ, ਬਦਦਿਮਾਗੀ ਉਹਨਾਂ ਨੇ ਵੀ ਵਿਖਾਈ ਹੈ। ਪੰਨੂ ਸਾਹਿਬ, ਹਨੀਪ੍ਰੀਤ ਇਨਸਾਨ, ਉਦੋਂ ਤਾਂ 25 ਅਗਸਤ ਦੀ ਗੱਲ ਹੈ, ਇਹ ਕਹਿੰਦੇ ਸੀ ਕਿ ਸਾਰੇ ਮਾਮਲੇ ਦੀ ਸੂਤਰਧਾਰ ਉਹ ਹੈ ਜਿਹੜਾ ਘਟਨਾਕ੍ਰਮ ਵਾਪਰਿਆ, ਉਸ ਕਾਰਨ ਦੋਸ਼ ਧਰੋਹ ਦਾ ਮਾਮਲਾ ਉਹਦੇ ਦਰਜ ਹੋਇਆ ਸੀ, ਤੇ ਹੁਣ 45 ਉਹਨਾਂ ਲੋਕਾਂ ਚ ਇਸ ਬੀਬੀ ਦਾ ਨਾਂ ਵੀ ਹੈ ਜਿਨ੍ਹਾਂ ਤੋਂ ਇਸ ਦੋਸ਼ ਜਿਨ੍ਹਾਂ ਨੂੰ ਇਸ ਦੋਸ਼ ਤੋਂ ਮੁਕਤ ਕਰਤਾ। ਦੇਖੋ ਉਦੋਂ ਮਾਮਲਾ ਤਾਂ ਸੀਗਾ ਇਹ ਕਿ ਉਹ ਸਾਧ ਜਦੋਂ ਦੋਸ਼ੀ ਕਰਾਰ ਦਿੱਤਾ ਗਿਆ, ਉਹਨੂੰ ਗ੍ਰਿਫ਼ਤਾਰ ਕੀਤਾ, ਤੇ ਉਹਦੇ ਤੋਂ ਬਾਅਦ ਉੱਥੇ ਭੰਨ ਤੋੜ ਸਾੜ ਫੂਕ ਹੋਈ। ਇੱਕੋ ਰਾਤ 40 ਮੌਤਾਂ ਹੋਈਆਂ, ਜਿਨ੍ਹਾਂ ਚੋਂ 29 ਪੰਚਕੂਲੇ ਤੇ 11 ਸਿਰਸੇ ਦੇ ਨੇੜੇ ਤੇੜੇ ਹੋਈਆਂ। ਉਹਨਾਂ ਸਾਰੀਆਂ ਮੌਤਾਂ ਦੇ ਮਾਮਲੇ ਚ ਮੁੱਖ ਦੋਸ਼ੀ ਇਹਨੂੰ ਸਮਝਿਆ ਜਾਂਦਾ ਸੀ ਕਿ ਬਾਬੇ ਦੇ ਨਾਲ ਸੀ, ਤੇ ਭੀੜ ਜਿਹੜੀ ਆ 1.5-2 ਲੱਖ ਲੋਕ ਪੰਚਕੂਲੇ ਦੇ ਵਿਚ ਸਨ, ਤੇ ਇੱਕ ਫੈਸਲਾ ਪਹਿਲਾਂ ਹੋਇਆ ਸੀ ਕਿ ਤੂੰ ਇਸ਼ਾਰਾ ਕਰੀ ਜੇ ਬਾਬਾ ਦੋਸ਼ੀ ਕਰਾਰ ਦੇ ਦਿੱਤਾ ਤੇ ਫਲਾਨਾ ਬੈਗ ਚੁੱਕੀ, ਤੇ ਜੇ ਦੋਸ਼ੀ ਕਰਾਰ ਨਾ ਦਿੱਤਾ ਤੇ ਫਿਰ ਫਲਾਨਾ ਚੁੱਕਦੀ ਅਸੀਂ ਖੁਸ਼ੀ ਮਨਾਵਾਂਗੇ। ਉਹਨੇ ਜਦੋਂ ਦੂਜਾ ਬੈਗ ਚੁੱਕਿਆ ਕਿ ਬਾਬਾ ਤੇ ਦੋਸ਼ੀ ਕਰਾਰ ਦੇ ਦਿੱਤਾ, ਉਹਦੇ ਨਾਲ ਹੀ ਭੰਨ ਤੋੜ ਸ਼ੁਰੂ ਹੋ ਗਈ। ਉਹਦੇ ਚ ਕਿਉਂਕਿ ਪੁਲਿਸ ਵਾਲਿਆਂ ਤੇ ਵੀ ਹਮਲਾ ਹੋਇਆ ਸੀ, ਗੱਡੀਆਂ ਸਾਰੀਆਂ ਸੀ, ਜਿਹੜਾ ਬਾਬੇ ਦਾ ਇੱਕ ਗਨਮੈਨ ਸੀ ਉਹ ਹਰਿਆਣਾ ਪੁਲਿਸ ਦੇ ਹਵਾਲਦਾਰ ਰੈਂਕ ਦਾ ਸੀਗਾ, ਉਸ ਮੁੰਡੇ ਨੇ ਇੱਕ ਆਈ ਜੀ ਨੂੰ ਥੱਪੜ ਮਾਰਤਾ ਸੀ। ਕਹਿੰਦੇ ਇਹ ਸਾਰਾ ਜੋ ਕੁਛ ਹੋਇਆ ਸੀ ਉਹਦੇ ਚ ਪੁਆੜੇ ਦੀ ਜੜ ਹਨੀਪ੍ਰੀਤ ਮੰਨੀ ਗਈ, ਜਿਹਦੇ ਉੱਤੇ ਕੇਸ ਬਣਿਆ ਦੇਸ਼ ਧਰੋਹ ਦਾ। ਹੁਣ ਅਦਾਲਤ ਵਿਚ ਜਾ ਕੇ ਉਹ ਕੇਸ ਟਿਕਿਆ ਨੀ, ਕਹਿੰਦੇ ਆ ਕਿ ਪੁਲਿਸ ਨੇ ਢਿੱਲ ਦੇ ਦਿੱਤੀ। ਪੁਲਿਸ ਨੇ ਢਿੱਲ ਹੋਣੀ ਕਿਉਂ ਦਿੱਤੀ ਆ, ਪਹਿਲਾਂ ਕਿਉਂ ਨੀ ਦਿੱਤੀ? ਇਹ ਚਰਚਾ ਕਿ ਹੁਣੇ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਉਹਨਾਂ ਚੋਣਾਂ ਚ ਬਾਬੇ ਨੇ ਆਪਣੇ ਬੰਦਿਆਂ ਤੋਂ ਇੱਕ ਖਾਸ ਪਾਰਟੀ ਦੀ, ਦੋ ਪਾਰਟੀਆਂ ਦੀ ਮਦਦ ਕਰਾਈ ਆ, ਤੇ ਦੋਵੇਂ ਪਾਰਟੀਆਂ ਇਸ ਵੇਲੇ ਸਰਕਾਰ ਚਲਾ ਰਹੀਆਂ ਨੇ ਸਮਝੌਤਾ, ਕਿਉਂਕਿ ਸਮਝੌਤਾ ਹੈ, ਕਿਉਂਕਿ ਉਹਨਾਂ ਉੱਤੇ ਇਹ ਗੱਲ ਚਰਚਾ ਚੱਲਦੀ ਹੈ ਕਿ ਉਹਨਾਂ ਨੇ ਵੋਟਾਂ ਚ ਮਦਦ ਲਈ ਹੈ ਬਾਬੇ ਦੇ ਬੰਦਿਆਂ ਤੋਂ, ਔਰ ਉੱਥੇ ਖੁੱਲੀ ਗੱਲ ਚੱਲਦੀ ਹੈ ਕਿ ਬਾਬੇ ਦੇ ਬੰਦਿਆਂ ਦੀ ਮਦਦ ਇਸ ਕਰਕੇ ਕੀਤੀ ਸੀ ਕਿ ਤੁਸੀਂ ਸਾਡੀ ਮਦਦ ਕਰੋਗੇ। ਉਹਦੇ ਤੋਂ ਇੱਕ ਹਫ਼ਤਾ ਨਹੀਂ ਲੰਘਣ ਦਿੱਤਾ ਤੇ ਫਟਾਫਟ ਦੇਸ਼ ਧਰੋਹ ਦਾ ਕੇਸ ਜਿਹੜਾ ਉਹ ਵਾਪਸ ਹੋ ਗਿਆ। ਅਦਾਲਤ ਵਿਚ ਜਾ ਕੇ ਪੁਲਿਸ ਨੇ ਪੈਰਵੀ ਨਹੀਂ ਕੀਤੀ ਤੇ ਅਦਾਲਤ ਨੇ ਦੇਸ਼ ਧਰੋਹ ਦੀ ਦਫ਼ਾ ਤੋੜ ਦਿੱਤੀ ਹੈ। ਇਸ ਤੋਂ ਸਾਫ਼ ਹੀ ਦਿਸਦਾ ਕਿ ਹਨੀਪ੍ਰੀਤ ਨੂੰ ਦੇਸ਼ ਧਰੋਹ ਚੋਂ ਕੱਢ ਕੇ ਬਾਕੀ ਦੀਆਂ ਧਾਰਾਵਾਂ ਜਿੰਨੇ ਸੈਕਸ਼ਨ ਕਮਜ਼ੋਰ ਕੀਤੇ ਜਾਣਗੇ ਇਹਨੂੰ ਛੱਡਿਆ ਜਾਵੇਗਾ, ਤੇ ਜੇ ਇਹਨੂੰ ਛੱਡਿਆ ਜਾਵੇ ਤੇ ਇਹਦੇ ਨਾਲ ਨਾਲ ਫਿਰ ਬਾਬੇ ਵਾਲਾ ਕੇਸ ਵੀ ਕਮਜ਼ੋਰ ਕੀਤਾ ਜਾਵੇਗਾ। ਇਹ ਏਦਾਂ ਹੀ ਜਾਪਦਾ ਜਿਵੇਂ ਉਹਦੇ ਤੁਹਾਡੀ ਮਦਦ ਲਈ ਹੈ, ਉਹਦਾ ਹੁਣ ਕੋਈ ਨਾ ਕੋਈ ਸਿੱਟਾ ਨਿਕਲਦਾ ਪਿਆ, ਉਹਨੂੰ ਕੋਈ ਰਾਹ ਦਿੱਤਾ ਜਾ ਰਿਹਾ। ਆਖਿਰਕਾਰ ਸਰਕਾਰ ਇਹ ਕਿਹੜੀ ਹੈ,
ਬੀਜੇਪੀ ਦੀ ਉਹ ਸਰਕਾਰ ਆ ਜਿਨ੍ਹਾਂ ਨੇ ਬਾਬਾ 5 ਅਗਸਤ 2017 ਨੂੰ ਗ੍ਰਿਫ਼ਤਾਰ ਕੀਤਾ ਜਾਂਦਾ, ਦੋਸ਼ੀ ਕਰਾਰ ਦਿੱਤਾ ਜਾਂਦਾ। ਉਹਦੇ ਤੋਂ ਸਿਰਫ 10 ਦਿਨ ਪਹਿਲਾਂ 15 ਅਗਸਤ ਵਾਲੇ ਦਿਨ ਜਦੋਂ ਉਹਨੇ ਆਪਣਾ ਝੂਠਾ ਬਰਥਡੇ ਰੱਖਿਆ ਸੀ, ਅਸਲ ਚ ਉਹਦਾ 15 ਨੂੰ ਨਹੀਂ ਬਣਦਾ, ਝੂਠਾ ਬਰਥਡੇ ਰੱਖਿਆ ਸੀ, ਤੇ ਹਰਿਆਣਾ ਸਰਕਾਰ ਦੇ 2 ਮੰਤਰੀ ਗਏ ਤੇ ਉਹਦੇ ਚਰਨਾਂ ਦੇ ਵਿਚ 51 ਲੱਖ ਰੁਪਏ ਦਾ ਚੈੱਕ ਰੱਖਿਆ ਸੀਗਾ ਬਰਥਡੇ ਗਿਫਟ ਦੇ ਤੌਰ ਤੇ। ਜਿਹੜੀ ਸਰਕਾਰ ਉਹ ਸਾਧ ਨੂੰ 51 ਲੱਖ ਰੁਪਏ ਦਾ ਬਰਥਡੇ ਗਿਫਟ ਦੇ ਸਕਦੀ ਹੈ, ਉਹ ਵੋਟਾਂ ਚ ਮਦਦ ਲੈਣ ਤੋਂ ਬਾਅਦ ਕੀ ਨਹੀਂ ਕਰ ਸਕਦੀ ਜੀ। ਔਰ ਪੰਨੂ ਸਾਹਿਬ, ਲਾਂਘਾ ਕਰਤਾਰਪੁਰ, ਬੜਾ ਕੁਛ ਇਹਦੇ ਤੇ ਹੋ ਰਿਹਾ ਹੈ, ਔਰ ਤੁਸੀਂ ਅੱਜ ਸੁਲਤਾਨਪੁਰ ਲੋਧੀ ਵੀ ਜਾ ਕੇ, ਸੋ ਕਿਹੋ ਜਿਹੀ ਸਥਿਤੀ ਹੈ ਜੀ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਦੀ ਇਨ੍ਹਾਂ ਦਿਨਾਂ ਚ? ਦੇਖੋ, ਸੁਲਤਾਨਪੁਰ ਲੋਧੀ ਅੱਜ ਜਦੋਂ ਮੈਂ ਗਿਆ ਤੇ ਉਥੇ ਇਕ ਸੈਮੀਨਾਰ ਸੀ ਪੱਤਰਕਾਰਾਂ ਦਾ, ਪੰਜਾਬ ਦੇ ਪੱਤਰਕਾਰ ਜੁੜੇ ਸਨ, ਕਿਉਂਕਿ ਸੈਮੀਨਾਰ ਹੋਣਾ ਸੀ ਨਿਰਮਲ ਕੁਟੀਆ ਚ, ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੀ ਕੁਟੀਆ ਚ। ਅਸੀਂ ਜਾ ਕੇ ਪੁੱਛਿਆ ਬਾਬਾ ਜੀ ਕਿੱਥੇ ਨੇ, ਉਹ ਕਹਿੰਦੇ ਜੀ ਬਾਬਾ ਜੀ ਨੇ ਬੜੀ ਮਿਹਨਤ ਕਰਕੇ ਇਨ੍ਹਾਂ ਸਾਲਾਂ ਚ ਜਿਹੜੀ ਕਾਲੀ ਵੇਈ ਉਹਦਾ ਪਾਣੀ ਸਾਫ਼ ਕੀਤਾ, ਇਸ ਵੇਲੇ ਇੱਥੇ ਮਦਦ ਕਰਨ ਦੇ ਨਾਂ ਤੇ, ਕਾਰ ਸੇਵਾ ਦੇ ਨਾਂ ਦੇ ਉੱਤੇ ਬਾਹਰੋਂ ਬਹੁਤ ਸਾਰੇ ਸੰਤਾਂ ਦੇ ਡੇਰੇ ਆ ਗਏ। ਉਨ੍ਹਾਂ ਚੋਂ 2 ਡੇਰੇ ਇਹੋ ਜਿਹੇ ਆ ਜਿਹੜੇ ਇਸ ਕਾਲੀ ਵੇਈ ਦੇ ਕੰਢੇ ਤੇ ਆ ਕੇ ਉਨ੍ਹਾਂ ਨੇ ਆਪਣੇ ਤੰਬੂ ਲਾ ਲਏ, ਪੜਾਅ ਕੀਤਾ, ਤੇ ਉਨ੍ਹਾਂ ਦੇ ਸੇਵਕਾਂ ਨੇ ਕੀ ਕੀਤਾ ਕਿ ਜਿੰਨਾ ਗੰਦ ਇਕੱਠਾ ਹੋਇਆ ਸੀ ਉਹ ਪਲਾਸਟਿਕ ਦੇ ਬੋਰਿਆਂ ਚ ਪਾ ਕੇ ਕਾਲੀ ਵੇਈ ਚ ਉੱਥੇ ਸੁੱਟਤਾ, ਜਿੱਥੋਂ ਇਹ ਸਾਰਾ ਪਾਣੀ ਇਕੱਠਾ ਹੋ ਕੇ ਤੇ ਗੁਰਦੁਆਰਾ ਸਾਹਿਬ ਵੱਲ ਨੂੰ ਜਾਣਾ। ਸਵੇਰੇ ਬਾਬਾ ਸੀਚੇਵਾਲ ਉੱਥੇ ਗਏ ਤੇ ਉਹਨੇ ਜਾ ਕੇ ਵੇਖਿਆ ਕਿ ਆਹ ਤੇ ਅਸੀਂ ਸਾਫ਼ ਕਰਾਇਆ ਸੀ ਤੇ ਇੱਥੇ ਗੰਦ ਸੁੱਟਤਾ, ਤੇ ਉਹ ਕੱਪੜਿਆਂ ਸਮੇਤ ਹੀ ਉੱਥੇ ਪਾਣੀ ਚ ਵੜ ਕੇ ਗੰਦ ਸਾਫ਼ ਕਰਨ ਲੱਗ ਪਏ, ਨਾਲ ਬਾਕੀ ਸੰਗਤ ਵੀ ਲੱਗ ਗਈ। ਉਹ ਡੇਰੇ ਵਾਲੇ ਆਏ, ਉਹਨਾਂ ਨੂੰ ਆਖਿਆ ਕਿ ਕਹਿੰਦੇ ਜੀ ਇਹ ਭੜਕਦਾ ਦਿਨ ਆ, ਅਸੀਂ ਕਰ ਦਿਆਂਗੇ ਸਾਫ਼। ਉਹ ਕਹਿੰਦਾ ਭੜਕਦਾ ਦਿਨ ਆ, ਅਸੀਂ ਇੰਨਾ ਚਿਰ ਲਾ ਕੇ ਮਿਹਨਤ ਨਾਲ ਸਾਫ਼ ਕੀਤੀ ਤੇ ਤੁਸੀਂ ਇੱਥੇ ਕੀ ਕਰਦੇ ਪਏ ਹੋ? ਕੁਝ ਡੇਰਿਆਂ ਦੇ ਸਾਧ ਉੱਥੇ ਨੰਬਰ ਬਣਾਉਣ ਵਾਸਤੇ ਪਹੁੰਚ ਗਏ ਨੇ। ਬੜਾ ਪ੍ਰਚਾਰ ਹੋਇਆ ਕਿ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਨੂੰ ਸਾਰੇ ਨੂੰ ਚਿੱਟਾ ਰੰਗ ਕੀਤਾ ਗਿਆ ਸੀ, ਹੁਣ ਸੁਲਤਾਨਪੁਰ ਲੋਧੀ ਚ ਹੋਵੇਗਾ। ਤੁਹਾਨੂੰ ਯਾਦ ਹੋਵੇਗਾ ਮੈਂ 10 ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਆਨੰਦਪੁਰ ਸਾਹਿਬ ਦੇ ਵਿਚ ਵੀ ਪੇਂਟ ਦਾ ਖਰਚਾ ਸਾਰੇ ਸ਼ਹਿਰ ਨੂੰ ਚਿੱਟਾ ਰੰਗ ਕਰਨ ਦਾ ਪਾਇਆ ਸੀ, ਪਰ ਅਸਲ ਚ ਲੋਕਾਂ ਦੇ ਮੱਥੇ ਜਿਹੜੇ ਸੜਕ ਤੋਂ ਦਿਸਦੇ ਸੀ ਨਾ, ਘਰਾਂ ਦੇ ਮੱਥੇ, ਉਹਨੇ ਉਹਨੇ ਚਿੱਟੇ ਕੀਤੇ ਸੀ, ਬਾਕੀ ਨਹੀਂ ਸੀ ਕੀਤੇ। ਤੇ ਇਹੋ ਸੁਲਤਾਨਪੁਰ ਲੋਧੀ ਹੋਵੇਗਾ। ਅੱਜ ਮੈਂ ਵੇਖਿਆ ਇੱਥੇ ਵੀ ਸਾਰਿਆਂ ਲੋਕਾਂ ਦੇ ਘਰਾਂ ਦਾ ਮੱਥਾ ਜਿਹੜਾ ਉਹ ਚਿੱਟਾ ਰੋਗਨ ਕਰ ਦਿੱਤਾ ਗਿਆ, ਪਰ ਸਾਰਿਆਂ ਘਰਾਂ ਦੀ ਸਾਈਡ ਤੇ ਪਿਛਲਾ ਪਾਸਾ ਜਿਹੜਾ ਉਹ ਉਸੇ ਤਰ੍ਹਾਂ ਪੁਰਾਣਾ ਰਹਿਣ ਦਿੱਤਾ ਗਿਆ, ਉਹਨੂੰ ਕੋਈ ਰੰਗ ਰੁੰਗ ਨਹੀਂ ਕੀਤਾ ਗਿਆ। ਇੱਕ ਪੱਖ ਇਹ ਵੀ ਆ, ਇੱਕ ਪੱਖ ਇਹ ਵੀ ਹੈ ਕਿ ਉੱਥੇ ਸਰਕਾਰ ਵੱਲੋਂ ਜਿਹੜੇ ਜਿਹੜੇ ਲੋਕਾਂ ਨੂੰ ਕੋਈ ਠੇਕੇ ਵਗੈਰਾ ਦਿੱਤੇ ਗਏ ਆ, ਉਹ ਇੱਕ ਕਿਸਮ ਦੇ ਜਿਹੜੀ ਹੈਗੀ ਆ ਕੀਤੀ ਕਤਰੀ ਦੇ ਉੱਤੇ ਪਾਣੀ ਫੇਰਨ ਵਾਲੀ ਗੱਲ ਹੈ। ਵੇਈ ਦੇ ਵਿੱਚੋਂ ਪਾਣੀ ਤੇ ਸਾਫ਼ ਕੀਤਾ ਬਾਬੇ ਸੀਚੇਵਾਲ ਨੇ, ਤੇ ਉਹਦੇ ਨਾਲ ਨਾਲ ਗਰਿੱਲਾਂ ਤੇ ਜਿਹੜੇ ਹੈਗੇ ਪਲੇਟਾਂ ਲਾਉਣ ਦਾ ਕੰਮ ਇਹੋ ਜਿਹਾ ਕੀਤਾ ਜਾ ਰਿਹਾ ਕਿ ਉਹਦੇ ਕੰਢੇ ਤੁਰੇ ਜਾਂਦੇ ਲੋਕਾਂ ਨੂੰ ਵੇਈ ਦਿਸੇ ਹੀ ਨਾ। ਜੇ ਉਹ ਵੇਈ ਦਿਸਣੀ ਨੀ ਤੇ ਉਹਦੇ ਚ ਕੀਤਾ ਕੰਮ ਕਿੱਦਾਂ ਦਿਸੂਗਾ? ਅਜੇ ਗਰਿੱਲ ਵੀ ਲਾਈ ਜਾਂਦੀ ਤੇ ਉਹਦੇ ਵਿਚ ਨੀ ਦਿਸ ਪੈਂਦਾ, ਉਹਦੇ ਉੱਤੇ ਜਿਹੜੀਆਂ ਸ਼ੀਟਸ ਲਾਈਆਂ ਜਾ ਰਹੀਆਂ ਨੇ ਤਾਂ ਕਿ ਉਹਦੇ ਵਿਚ ਦਿਸੇ ਹੀ ਕੱਖ ਨਾ। ਮੈਂ ਅੱਜ ਉਹਦੇ ਉੱਤੇ ਤਕਰੀਬਨ 1.5 ਕਿਲੋਮੀਟਰ ਆਪਣੀ ਗੱਡੀ ਲਿਜਾ ਕੇ ਵੇਖ ਕੇ ਕੱਖ ਦਿਸਦੇ ਨੀ ਕਿਸੇ ਪਾਸੇ, ਇਸ ਤਰ੍ਹਾਂ ਲਾਤੀਆਂ ਨੇ। ਉਹਦਾ ਕੋਈ ਫਾਇਦਾ ਨਹੀਂ, ਕੁਝ ਕੰਮ ਜਦੋਂ ਜਿਦੀ ਹੋ ਰਹੇ ਨੇ। ਟੈਂਟ ਸਿਟੀ ਇੱਕ ਪੰਜਾਬ ਸਰਕਾਰ ਨੇ ਬਣਾ ਦਿੱਤਾ, ਇੱਕ ਸ਼੍ਰੋਮਣੀ ਕਮੇਟੀ ਨੇ ਬਣਾ ਦਿੱਤਾ। ਜਿਵੇਂ ਇਹ ਹੁੰਦਾ ਨਾ ਕਿ ਉਹ ਕਿਸੇ ਕਚਹਿਰੀ ਦੇ ਵਿਚ ਹੁੰਦਾ ਕਿ ਢਾਬਿਆਂ ਵਾਲੇ ਕਹਿੰਦੇ ਬਹੁਤੀ ਸਵਾਦ ਰੋਟੀ ਤੇ ਉਹ ਦੂਜੇ ਕਹਿੰਦੇ ਸਾਡੀ ਬਹੁਤੀ ਸਵਾਦ ਰੋਟੀ। ਫਤਿਹਗੜ੍ਹ ਸਾਹਿਬ ਦੇ ਮੇਲੇ ਤੇ ਚਲ ਜਾਓ ਤੇ ਉੱਥੇ ਪੰਚਾਇਤਾਂ ਵੱਲੋਂ ਲੰਗਰ ਲੱਗੇ ਹੁੰਦੇ ਆ ਤੇ ਨਾਲ ਸਪੀਕਰ ਤੇ ਆਖਿਆ ਜਾਂਦਾ ਸਾਧ ਸੰਗਤ ਜੀ ਫਲਾਣੀ ਪੰਚਾਇਤ ਦੇ ਲੰਗਰ ਚ ਆ ਕੇ ਪ੍ਰਸ਼ਾਦਾ ਛਕੋ, ਇੱਥੇ ਬਦਾਮਾਂ ਵਾਲੀ ਖੀਰ ਆ ਤੇ ਨਾਲੇ ਜਲੇਬੀਆਂ ਬੜੀਆਂ ਸਵਾਦ ਆ। ਦੂਜਾ ਕਹਿੰਦਾ ਸਾਧ ਸੰਗਤ ਜੀ ਸਾਡੀ ਪੰਚਾਇਤ ਦੇ ਲੰਗਰ ਛਕੋ, ਇੱਥੇ ਬਦਾਮਾਂ ਵਾਲੀ ਖੀਰ, ਜਲੇਬੀਆਂ ਤੇ ਨਾਲ ਕੜਾਹ ਵੀ ਹੈਗਾ, ਅਸੀਂ ਫਲਾਣੀ ਫਲਾਣੀ ਚੀਜ਼ ਵੀ ਇਹ ਰੱਖੀ ਹੈ। ਜੋ ਕੁਝ ਉੱਥੇ ਹੁੰਦਾ ਸੀ ਫਤਿਹਗੜ੍ਹ ਸਾਹਿਬ ਤੇ ਜਿਹਦੇ ਉੱਤੇ ਅਕਾਲ ਤਖ਼ਤ ਸਾਹਿਬ ਤੇ ਕਈ ਵਾਰ ਚਰਚਾ ਹੋਈ ਸੀ, ਉਹ ਸਾਰਾ ਕੁਝ ਅੱਜ ਇਸ ਵੇਲੇ ਉੱਥੇ ਸੁਲਤਾਨਪੁਰ ਲੋਧੀ ਚ ਵੀ ਹੁੰਦਾ ਪਿਆ। ਜਿੱਦਬਾਜ਼ੀ ਦੇ ਵਿਚ ਦੋਵੇਂ ਤਰ੍ਹਾਂ ਲੱਗੀਆਂ ਹੋਈਆਂ ਨੇ। ਆਮ ਸੰਗਤ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਉਧਰੋਂ ਪ੍ਰਸ਼ਾਦੇ ਛਕੀਏ ਕਿ ਉਧਰੋਂ ਛਕੀਏ, ਬਹੁਤ ਭੰਬੜ ਭੁੱਸਾ ਪਿਆ, ਲੋਕ ਕਨਫਿਊਜ਼ ਨੇ। ਬਹੁਤ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਉੱਥੇ ਲਾ ਦਿੱਤੀ ਗਈ ਹੈ, ਜਿਹੜੀ ਪੁਲਿਸ ਲਾਈ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਨਹੀਂ ਕੀਤਾ ਗਿਆ।
ਰਸਤਾ ਪੁੱਛੋ ਤੇ ਉਹ ਸਾਰੇ ਜਾਂ ਤਾਂ ਉੱਕਾ ਪੱਕਾ ਹੱਥ ਕਰਦੇ ਇੱਧਰ ਨੂੰ ਲੰਘ ਜਾਓ, ਤੇ ਜਾਂ ਕੀ ਉਹ ਕਹਿ ਦਿੰਦੇ ਜੀ ਸਾਨੂੰ ਪਤਾ ਨੀ ਅਸੀਂ ਤੇ ਆਏ ਆ ਫਲਾਣੇ ਜ਼ਿਲ੍ਹੇ ਤੋਂ, ਦੂਰ ਦੂਰ ਦੇ ਜ਼ਿਲ੍ਹਿਆਂ ਤੋਂ ਲਿਆ ਕੇ ਲਾ ਦਿੱਤੇ ਗਏ, ਉਹਨਾਂ ਨੂੰ ਪ੍ਰੋਪਰ ਗਾਈਡ ਨਹੀਂ ਕੀਤਾ ਗਿਆ। ਇਹ ਸਾਰੇ ਕੁਝ ਨੂੰ ਸੰਭਾਲਣ ਦੀ ਲੋੜ ਆ, ਨਹੀਂ ਤੇ ਉੱਥੇ ਜਿੰਨਾ ਰਸ਼ ਹੋਣਾ ਅਗਲਿਆਂ ਦਿਨਾਂ ਚ, ਜਿੰਨੀ ਸੰਗਤ ਆਉਣੀ ਆ, ਉਹ ਸਾਰੀ ਸੰਭਾਲੀ ਨਹੀਂ ਜਾਣੀ। ਇਹਦੇ ਨਾਲ ਕੁਛ ਪ੍ਰਭਾਵ ਚੰਗਾ ਨਹੀਂ ਪੈਣਾ ਬਲਕਿ ਮਾੜਾ ਪਵੇਗਾ ਜੀ। ਪੰਜਾਬ ਸ਼੍ਰੋਮਣੀ ਕਮੇਟੀ ਦੀ ਚੋਣ ਵੀ ਆ ਰਹੀ ਹੈ ਜੀ, ਹੋ ਜੂਗੀ ਇਸ ਵਾਰ ਜਾਂ ਫਿਰ ਉੱਥੋਂ ਲਿਫਾਫੇ ਚੋਂ ਨਿਕਲੂ ਸਭ ਕੁਛ? ਨਹੀਂ ਨਹੀਂ, ਉਹ ਤਾਂ ਸਿੱਧਾ ਹੀ ਆ ਕਿ ਲਿਫਾਫੇ ਚੋਂ ਨਿਕਲੇਗਾ। ਇਹ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਸਾਰਿਆਂ ਦੇ ਰਾਜ ਕਿਸੇ ਨਾ ਕਿਸੇ ਫਾਈਲ ਚ ਪਏ ਹੁੰਦੇ ਆ, ਉਥੋਂ ਜੋ ਹੁਕਮ ਆਉਂਦਾ, ਇਹ ਤਾਂ ਵਿਚਾਰੇ ਏਡੇ ਵਿਚਾਰੇ ਜੇ ਬਣ ਕੇ ਰਹਿ ਗਏ ਨੇ ਕਿ ਮਾਸਟਰ ਤਾਰਾ ਸਿੰਘ ਦੀ ਦੋਹਤੀ ਜਿਹੜੀ ਦੋ ਤਿੰਨ ਵਾਰੀ ਇਸ ਸ਼੍ਰੋਮਣੀ ਕਮੇਟੀ ਦੀ ਜਨਰਲ ਸਕੱਤਰ ਵੀ ਰਹਿ ਚੁੱਕੀ ਹੈ, ਪਿਛਲੇ ਸਾਲ ਇਜਲਾਸ ਦੇ ਵਿਚ ਉਹਨੇ ਆਖਿਆ ਮੈਂ ਇੱਕ ਮਿੰਟ ਗੱਲ ਕਰਨੀ ਹੈ, ਉਹਨੂੰ ਰੋਕ ਦਿੱਤਾ ਗਿਆ, ਉਹਦੇ ਕੋਲ ਮਾਈਕ ਖੋਲਿਆ ਗਿਆ। ਜਦੋਂ ਉਥੋਂ ਫਿਰ ਉਹ ਗੁੱਸੇ ਚ ਮੀਟਿੰਗ ਚੋਂ ਬਾਹਰ ਨਿਕਲ ਆਈ ਤੇ ਉਥੇ ਹਾਲ ਦੇ ਬਾਹਰ ਹੀ ਪੱਤਰਕਾਰਾਂ ਨਾਲ ਗੱਲ ਕਰਨ ਲੱਗੀ, ਤੇ ਉਥੇ ਜਾ ਕੇ ਟਾਸਕ ਫੋਰਸ ਨੇ ਤੇ ਦੂਸਰਿਆਂ ਨੇ ਪੱਤਰਕਾਰਾਂ ਨੂੰ ਵੱਖ ਕਰਤਾ ਨੂੰ ਵੱਖ ਕਰਤਾ, ਆਖਿਆ ਜੀ ਅਸੀਂ ਤੈਨੂੰ ਗੱਲ ਵੀ ਨੀ ਕਰਨ ਦੇਣੀ। ਜੇ ਇਨ੍ਹਾਂ ਨੂੰ ਜਿਹੜੀ ਬੀਬੀ ਪਿਛਲੇ 20-25 ਸਾਲਾਂ ਤੋਂ ਇਨ੍ਹਾਂ ਦੇ ਨਾਲ ਨਾਲ ਸੇਵਾ ਕਰਦੀ ਰਹੀ ਹੈ, ਉਹ ਤੇ ਕਹਿੰਦੀ ਮੈਂ ਇੱਕ ਮਿੰਟ ਗੱਲ ਕਰਨੀ, ਉਹਨੂੰ ਵੀ ਗੱਲ ਨਹੀਂ ਕਰਨ ਦਿੱਤੀ ਗਈ। ਤੇ ਬਾਕੀਆਂ ਚ ਕਿਹੜੇ ਮਾਈ ਦੇ ਲਾਲ ਦੀ ਉੱਥੇ ਜ਼ਰੂਰਤ ਹੈ ਕਿ ਉੱਠ ਕੇ ਗੱਲ ਕਰ ਲੂਗਾ? ਹੁਣ ਤੱਕ ਇਨ੍ਹਾਂ ਨੇ ਜਿਸ ਤਰ੍ਹਾਂ ਦੀ ਰਵਾਇਤ ਪਾ ਲਈ ਹੈ ਉਸੇ ਮੁਤਾਬਕ ਲਿਫਾਫਾ ਆਵੇਗਾ, ਲਿਫਾਫੇ ਚੋਂ ਇੱਕ ਪ੍ਰਧਾਨ ਕੱਢਿਆ ਜਾਵੇਗਾ। ਬਹੁਤੇ ਲੋਕ ਤਾਂ ਸਮਝਦੇ ਆ ਕਿ ਪ੍ਰਧਾਨ ਫਿਰ ਗੋਬਿੰਦ ਸਿੰਘ ਲੌਂਗੋਵਾਲ ਬਣੇਗਾ, ਪਰ ਮੇਰੇ ਕੋਲ ਜਿਹੜੀਆਂ ਰਿਪੋਰਟਾਂ ਆਉਂਦੀਆਂ ਉਹ ਦੱਸਦੀਆਂ ਨੇ ਕਿ ਇਸ ਵਾਰੀ ਕਰਤਾਰਪੁਰ ਸਾਹਿਬ ਵਾਲਾ ਲਾਂਘਾ, ਸੁਲਤਾਨਪੁਰ ਲੋਧੀ ਦੇ ਸਮਾਗਮ, ਪੰਜਾਬ ਸਰਕਾਰ ਨਾਲ ਡੀਲਿੰਗ ਦੇ ਵਿਚ ਤਿਕੜਮਬਾਜ਼ੀ, ਇਹ ਸਾਰੇ ਕੁਝ ਦੇ ਵਿਚ ਜਿੰਨੀ ਤਿੱਖੀ ਸਰਗਰਮੀ ਬੀਬੀ ਜਗੀਰ ਕੌਰ ਨੇ ਵਿਖਾਈ ਹੈ, ਪਹਿਲਾਂ ਉਹਨੂੰ ਇਹ ਪਤਾ ਸੀ ਕਿ ਹਾਰ ਜਾਣਾ, ਉਹਦੇ ਬਾਵਜੂਦ ਖਡੂਰ ਸਾਹਿਬ ਤੋਂ ਚੋਣ ਲੜਾਈ ਗਈ ਸੀ ਉਹ ਪਾਰਲੀਮੈਂਟ ਦੀ, ਉਹ ਸਾਰੇ ਕੁਝ ਨੂੰ ਵੇਖਦਿਆਂ ਇਹ ਸਮਝਿਆ ਜਾਂਦਾ। ਅਕਾਲੀ ਹਲਕਿਆਂ ਦੇ ਵਿਚ ਕੁਛ ਲੋਕਾਂ ਨਾਲ, ਮੇਰੀ ਲੀਡਰਾਂ ਨਾਲ ਵੀ ਕੁਛ ਗੱਲ ਹੋਈ ਆ, ਉਹ ਸਾਰੇ ਕਹਿੰਦੇ ਜੀ ਅੰਦਰੇ ਅੰਦਰ ਏਦਾਂ ਦੀਆਂ ਕਨਸੋਆਂ ਮਿਲਦੀਆਂ ਕਿ ਇਸ ਵਾਰੀ ਸ਼ਾਇਦ ਬੀਬੀ ਜਗੀਰ ਕੌਰ ਨੂੰ ਹੀ ਪ੍ਰਧਾਨ ਬਣਾ ਦਿੱਤਾ ਜਾਵੇ। ਉਦਾਂ ਪਿਛਲੇ ਸਮਿਆਂ ਚ ਵੀ ਜਦੋਂ ਸਖ਼ਤ ਫੈਸਲੇ ਲੈਣੇ ਸੀ ਤੇ ਇਹਨੂੰ ਅੱਗੇ ਕੀਤਾ ਜਾਂਦਾ ਸੀ, ਜਥੇਦਾਰ ਗੁਰਚਰਨ ਸਿੰਘ ਟੋੜਾ ਵਰਗੇ ਬੰਦੇ ਨੂੰ ਖੂੰਜੇ ਲਾਉਣ ਵਾਸਤੇ ਵੀ ਜੇ ਕਿਸੇ ਨੂੰ ਅੱਗੇ ਕੀਤਾ ਗਿਆ ਤੇ ਉਹ ਬੀਬੀ ਜਗੀਰ ਕੌਰ ਹੀ ਸੀ। ਇਹ ਕਈਆਂ ਲੋਕਾਂ ਦੀ ਰਾਏ ਆ ਕਿ ਇਸ ਵਾਰੀ ਗੋਬਿੰਦ ਸਿੰਘ ਲੌਂਗੋਵਾਲ ਦਾ ਪੱਤਾ ਕੱਟ ਕੇ ਉਹਦੀ ਥਾਂ ਦੇ ਉੱਤੇ ਬੀਬੀ ਜਗੀਰ ਕੌਰ ਨੂੰ ਵੀ ਇਹ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ ਜੀ। ਤੇ ਪੰਜ ਸਾਹਿਬ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ਼ ਇੱਕ ਮਾਨਹਾਨੀ ਵਾਲਾ ਮਾਮਲਾ ਹੈ ਜੀ, ਥੋੜਾ ਜਿਹਾ ਅੱਗੇ ਨੂੰ ਵਧ ਗਿਆ। ਇਹਨੇ ਵਿਧਾਨ ਸਭਾ ਦੇ ਵਿਚ ਜਦੋਂ ਬਹਿਸ ਹੋਈ ਨਾ ਬੇਅਦਬੀ ਕਾਂਡ ਤੇ ਕੁਛ ਟਿੱਪਣੀਆਂ ਇਹਨੇ ਵਿਧਾਨ ਸਭਾ ਬਾਰੇ ਕੀਤੀਆਂ, ਮੈਂਬਰਾਂ ਬਾਰੇ ਕੀਤੀਆਂ, ਕੁਝ ਵਿਧਾਨ ਸਭਾ ਦੇ ਸਪੀਕਰ ਬਾਰੇ ਕੀਤੀਆਂ, ਕੁਝ ਇਹਨੇ ਜਸਟਿਸ ਰਣਜੀਤ ਸਿੰਘ ਬਾਰੇ ਕੀਤੀਆਂ, ਤੇ ਜੇ ਰਿਪੋਰਟ ਦਿੱਤੀ ਗਈ ਜਿੱਦਾਂ ਪਾੜ ਕੇ ਸੁੱਟੀ ਤੇ ਵਾਕਆਊਟ ਕੀਤਾ। ਉਹਦੇ ਉੱਤੇ ਇੱਕ ਸ਼ਿਕਾਇਤ ਫਿਰ ਗਈ ਤੇ ਉਸ ਸ਼ਿਕਾਇਤ ਦੇ ਉੱਤੇ ਪਾਰਲੀਮੈਂਟ ਅਫੇਅਰਸ ਮੰਤਰੀ ਨੇ ਇੱਕ ਕਮੇਟੀ ਬਣਵਾ ਦਿੱਤੀ ਸਪੀਕਰ ਸਾਹਿਬ ਨੂੰ ਰਿਕੁਐਸਟ ਕਰਕੇ। ਉਹ ਕਮੇਟੀ ਪੜਤਾਲ ਕਰਦੀ ਪਈ ਸੀ, ਹੁਣ ਉਸ ਕਮੇਟੀ ਨੇ ਪੜਤਾਲ ਕਰਕੇ ਸਪੀਕਰ ਸਾਹਿਬ ਨੂੰ ਬੇਨਤੀ ਕਰ ਦਿੱਤੀ ਹੈ ਕਿ ਇਸ ਬੰਦੇ ਨੇ ਵਿਧਾਨ ਸਭਾ ਦੀ, ਵਿਧਾਨ ਸਭਾ ਦੇ ਮੈਂਬਰਾਂ ਦੀ ਤੇ ਵਿਧਾਨ ਸਭਾ ਦੇ ਸਪੀਕਰ ਦੀ ਮਾਣਹਾਨੀ ਕੀਤੀ ਹੈ, ਇਹਨੂੰ ਸਜ਼ਾ ਦਿੱਤੀ ਜਾਵੇ। ਹੁਣ ਉਹ ਵਿਧਾਨ ਸਭਾ ਦਾ ਮੈਂਬਰ ਹੀ ਨਹੀਂ, ਆਮ ਤੌਰ ਤੇ ਸਮਝਿਆ ਜਾਂਦਾ ਕਿ ਜਿਹੜਾ ਵਿਧਾਨ ਸਭਾ ਦਾ ਮੈਂਬਰ ਨਾ ਰਹੇ ਉਹਦੇ ਖਿਲਾਫ਼ ਸਜ਼ਾ ਦਾ ਮਾਮਲਾ ਵੀ ਖਤਮ ਹੋ ਜਾਂਦਾ, ਪਰ ਜਦੋਂ ਕੋਈ ਇੱਥੋਂ ਨਿਕਲ ਕੇ ਪਾਰਲੀਮੈਂਟ ਚ ਚਲ ਜਾਵੇ ਤੇ ਫਿਰ ਉਹਦੇ ਖਿਲਾਫ਼ ਜਿਹੜੀ ਸਜ਼ਾ, ਉਹ ਸਜ਼ਾ ਤਜਵੀਜ਼ ਕਰਕੇ ਪਾਰਲੀਮੈਂਟ ਦੇ ਸਪੀਕਰ ਨੂੰ ਭੇਜੀ ਜਾਂਦੀ ਹੈ। ਉਹ ਹੁਣ ਇਸ ਵੇਲੇ ਲੋਕ ਸਭਾ ਦਾ ਮੈਂਬਰ ਹੈ ਤੇ ਪਾਰਲੀਮੈਂਟ ਦੇ ਜਿਹੜੇ ਸਪੀਕਰ ਹੈ ਮਿਸਟਰ ਓਮ ਬਿਰਲਾ, ਉਹਨੂੰ ਇਹ ਸਿਫਾਰਿਸ਼ ਭੇਜੀ ਜਾ ਰਹੀ ਹੈ, ਉਹ ਚਾਹੁਣ ਤੇ ਇਹਨੂੰ ਝਾੜ ਪਾ ਕੇ ਵੀ ਛੱਡ ਸਕਦੇ ਆ, ਚਾਹੁਣ ਤੇ ਕੁਛ ਸਸਪੈਂਡ ਵੀ ਕਰ ਸਕਦੇ ਆ, ਕੁਛ ਵੀ ਉਹਨਾਂ ਦੇ ਮਨ ਚ ਆਵੇ ਤੇ ਉਹ ਕਰ ਸਕਦੇ ਆ। ਉਹਨਾਂ ਨੂੰ ਪਾਰਲੀਮੈਂਟਰੀ ਰਵਾਇਤਾਂ ਵਾਸਤੇ ਭਾਵੇਂ ਵਾਰਨਿੰਗ ਦੇ ਕੇ ਛੱਡ ਦੇਣ, ਪਰ ਕੁਝ ਕਾਰਵਾਈ ਪਾਉਣੀ ਪਵੇਗੀ। ਇੱਥੋਂ ਸਿਫਾਰਿਸ਼ ਉਧਰ ਨੂੰ ਭੇਜੀ ਜਾ ਰਹੀ ਹੈ ਜੀ। ਪੰਨੂ ਸਾਹਿਬ, ਅੱਜ ਨਾਵਾਂ ਕੀ ਕਹਿੰਦਾ ਜੀ? ਮੈਂ ਤਾਂ ਅੱਜ ਗਿਆ ਸਰ ਸੁਲਤਾਨਪੁਰ ਲੋਧੀ, ਪਰ ਮੈਂ ਜਾਣ ਤੋਂ ਪਹਿਲਾਂ ਜੋ ਲਿਖ ਦਿੱਤਾ ਸੀ ਉਹ ਲਗਭਗ ਉੱਥੇ ਉਹੋ ਜਿਹੀ ਗੱਲ ਹੀ ਹੋ ਗਈ ਆ। ਬਿਕਰ ਸਿੰਘ ਆ ਵੀ ਚੱਕ ਲੈ ਬੈਗ ਬਸਤੇ, ਗੇੜੇ ਬਾਰਡਰ ਦੇ ਵੰਨੀ ਦੇ ਮਾਰ ਆਈਏ, ਬਾਬੇ ਨਾਨਕ ਦਾ ਡੇਰਾ ਵੀ ਦੇਖ ਆਈਏ, ਬਾਰਡਰ ਪਾਰ ਦਾ ਵੇਖ ਦਰਬਾਰ ਆਈਏ, ਰੌਣਕਾਂ ਲੱਗਣੀਆਂ ਸੁਣੀ ਦੀਆਂ ਹਨ ਜਿੱਥੇ, ਚਾਰ ਪਹਿਰ ਵੀ ਉੱਥੇ ਗੁਜ਼ਾਰ ਆਈਏ,
ਭਾਸ਼ਣ ਝਾੜਨ ਲਈ ਹੋਣਗੇ ਆਏ ਲੀਡਰ ਸੁਣਿਆ ਗਿਆ ਤਾਂ ਸੁਣ ਵਿਚਾਰ ਆਈਏ। ਬਾਕੀ ਚਾਰ ਲਾਈਨਾਂ, ਬਿਕਰ ਆਖਿਆ ਬੰਤਿਆ ਵਾਹ ਕੋਈ ਨੀ ਜੀ, ਅਜੇ ਤਾਂ ਚੈਨ ਨਾਲ ਬੈਠ ਰਹੇ ਘਰੇ ਮਿੱਤਰ, ਅਜੇ ਤਾਂ ਆਗੂਆਂ ਪਾਈ ਆ ਛਿੰਝ ਜਿਹੜੀ, ਸਧਾਰਨ ਸਿੱਖਾਂ ਦੀ ਸਮਝ ਤੋਂ ਪਰੇ ਮਿੱਤਰ। ਇਹਦੇ ਤੇ ਇੱਕ ਜਿਹੜੀ ਛਿੰਝ ਨਾ ਪਾਈ ਆ ਸਧਾਰਨ ਸਿੱਖਾਂ ਦੀ ਸਮਝ ਤੋਂ ਪਰੇ ਜੀ। ਬਹੁਤ ਮਿਹਰਬਾਨੀ ਪੰਨੂ ਸਾਹਿਬ, ਬਹੁਤ ਧੰਨਵਾਦ ਜੀ, ਤੇ ਜੁੜਨ ਵਾਸਤੇ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ। ਸੋ ਸੱਜਣਾ, ਜਤਿੰਦਰ ਪੰਨੂ ਸਾਹਿਬ ਦੇ ਨਾਲ ਸਾਂਝ ਪਾ ਰਹੇ ਸੀ, ਔਰ ਅਗਲੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਹਾਂ ਪਰਮਵੀਰ ਸਿੰਘ ਬਾੜ ਸਾਹਿਬ ਨਾਲ।